ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਇਲੈਕਸ਼ਨ ਦਾ ਮਾਹੌਲ ਹੈ ਔਰ ਪੰਜਾਬ ਦੇ ਵਿੱਚ ਚੋਣ ਦੰਗਲ ਪੂਰੀ ਤਰ੍ਹਾਂ ਭੱਗ ਗਿਆ, ਤੁਹਾਨੂੰ ਪਤਾ ਹੈ। ਉਮੀਦਵਾਰ ਜੇ ਪੰਜਾਬ 'ਚੋਂ ਨਹੀਂ ਮਿਲੇ ਬਾਹਰੋਂ ਲਿਆਉਂਦੇ, ਲੇਕਿਨ ਸਾਰਿਆਂ ਨੇ ਆਪਣੇ ਆਪਣੇ ਉਮੀਦਵਾਰ ਖੜ੍ਹੇ ਕਰਤੇ। 29 ਅਪ੍ਰੈਲ ਲਾਸਟ ਡੇ ਹੈ ਨਾਮਜ਼ਦਗੀਆਂ ਦਾ ਔਰ 19 ਮਈ ਨੂੰ ਪੈਣੀਆਂ ਨੇ ਵੋਟਾਂ। ਲੇਕਿਨ ਇਸ ਦੇ ਨਾਲ ਹੀ ਇੱਕ ਗੱਲ ਬੜੀ ਸਪੱਸ਼ਟ ਹੈ ਕਿ ਵੋਟਰ ਅੱਜ ਕੱਲ੍ਹ ਥੋੜ੍ਹਾ ਕਨਫਿਊਜ਼ਡ ਹੈ, ਸੋਚ ਰਿਹਾ ਕਰਾਂ ਕੀ, ਕਿਵੇਂ, ਕਿਹਨੂੰ ਵੋਟ ਪਾਵਾਂ। ਇਹ ਗੱਲ ਮੈਂ ਵੈਸੇ ਨਹੀਂ ਕਹਿ ਰਿਹਾ, ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਬਹੁਤ ਸਾਰੇ ਫੋਨ ਆਉਂਦੇ ਨੇ, ਪੁੱਛਦੇ ਨੇ ਦੱਸੋ ਜੀ ਕਰੀਏ ਕੀ, ਕਿੱਧਰ ਜਾਈਏ। ਜਦੋਂ ਮੈਂ ਉਹਨੂੰ ਪੁੱਛਦਾ ਕਿਉਂ ਤੁਹਾਡੇ ਪਾਰਟੀਆਂ, ਕਹਿੰਦੇ ਜੀ ਕਿਹੜੀ ਪਾਰਟੀ, ਦੱਸੋ ਸਹੀ ਇਹਨਾਂ ਨੇ ਕੀਤਾ ਕੀ ਹੈ। ਜੇ ਅਸੀਂ ਕਹਿੰਦੇ ਹਾਂ ਕਿ ਤੁਹਾਡੇ ਕਾਂਗਰਸ ਨੇ ਤੁਹਾਡੀ ਕਰਜ਼ਾ ਮੁਕਤੀ ਕਰਤੀ, ਕਿਹੜੀ ਕਰਜ਼ਾ ਮੁਕਤੀ ਜੀ, ਕਿਹੜੀ ਲੀਕ ਫੇਰੀ ਹੈ, ਕਿਹੜੀਆਂ ਨੇ ਜਿਹੜੀਆਂ ਘਰ ਘਰ ਰੁਜ਼ਗਾਰ ਦਿੱਤਾ, ਕਿਹੜੀਆਂ ਨੌਕਰੀਆਂ ਦਿੱਤੀਆਂ, ਕਿਹੜੇ ਫੋਨ ਦੇ ਤੇ ਬੜਾ ਕੁਛ ਬੋਲਦੇ ਨੇ, ਕਿੱਥੇ ਨਸ਼ਾ ਖਤਮ ਹੋਇਆ। ਜੇ ਕਹੀਏ ਕਿ ਮੋਦੀ, ਤਾਂ ਫਿਰ ਮੋਦੀ ਨੂੰ ਪੈ ਜਾਂਦੇ ਨੇ, ਮੋਦੀ ਨੂੰ ਕਹਿੰਦੇ 2 ਕਰੋੜ ਨੌਕਰੀ ਕਿੱਥੇ ਹੈ, ਨੋਟਬੰਦੀ 'ਚ 50 ਲੱਖ ਚਲੀਆਂ ਗਈਆਂ ਸਮਾਂ, ਤਾਂ ਉਹ ਕਿਸੇ ਨੂੰ ਵੀ ਨਹੀਂ। ਮੈਨੂੰ ਤਾਂ ਲੱਗਣ ਲੱਗ ਗਿਆ ਕਿ ਹੁਣ ਜਿਹੜੀਆਂ ਗੱਲਾਂ ਅਸੀਂ ਕਰਦੇ ਸੀ ਕਿ ਸਾਡਾ ਜਿਹੜਾ ਵੋਟਰ ਅਵੇਅਰ ਹੋਵੇ, ਵੋਟਰ ਤਾਂ ਅਵੇਅਰ ਹੋ ਗਿਆ, ਪਤਾ ਨਹੀਂ ਸੋਸ਼ਲ ਮੀਡੀਆ ਨੇ ਕੀਤਾ ਜਾਂ ਆਪਣੇ ਆਪ ਹੋ ਗਿਆ, ਲੇਕਿਨ ਸਾਡਾ ਵੋਟਰ ਅਵੇਅਰ ਹੈ ਤਾਂ ਹੀ ਅਜਿਹੀਆਂ ਗੱਲਾਂ ਕਰਦਾ। ਔਰ ਅਸੀਂ ਦੇਖਿਆ ਸੋਸ਼ਲ ਮੀਡੀਆ ਦੇ ਵਿੱਚ ਵੀ ਕਈ ਵਾਰ ਜਦੋਂ ਜਾਂਦੇ ਨੇ ਕੈਂਡੀਡੇਟ ਵੋਟ ਮੰਗਣ, ਉਹਨਾਂ ਨੂੰ ਸਵਾਲ ਕੀਤੇ ਜਾਂਦੇ ਨੇ। ਆ ਪਿਛਲੇ ਦੇਖਿਆ ਨਹੀਂ, ਜਦੋਂ ਇੱਕ ਬੇਰੁਜ਼ਗਾਰ ਕਹਿੰਦੇ ਸਾਨੂੰ ਦਿਓ ਜੀ, ਰਾਜਾ ਬਣਿੰਗ ਸਾਹਿਬ ਕਿੱਥੇ ਸਾਡੀਆਂ ਨੌਕਰੀਆਂ ਜਿਹੜੀਆਂ ਤੁਸੀਂ ਵਾਅਦਾ ਕੀਤਾ ਸੀ। ਐਂ ਲੋਕ ਬੇਅਦਬੀ 'ਤੇ ਪੈ ਰਹੇ ਨੇ, ਅਕਾਲੀਆਂ ਨੂੰ ਪੈ ਰਹੇ ਨੇ, ਔਰ ਉਹਨਾਂ ਦੇ ਕੋਲ ਜਿਹੜਾ ਕਨਫਿਊਜ਼ਨ ਹੈ ਉਹ ਬੜਾ ਵੱਡਾ ਹੈ ਕਿ ਸਾਨੂੰ ਇਹ ਦੱਸੋ ਅਸੀਂ ਕਿਸ ਆਧਾਰ 'ਤੇ ਉਮੀਦਵਾਰ ਚੁਣੀਏ, ਵੋਟ ਕਿਵੇਂ ਪਾਈਏ। ਇਸ ਕਰਕੇ ਵੀ ਕਿਹਾ ਕਿ ਇੱਕ ਦਿਨ ਮੈਂ ਕਿਹਾ ਸੀ ਕਿ ਵੋਟਰ ਤਾਂ ਸਾਡੀ ਉਸ ਚਿੜੀ ਵਰਗਾ ਜਿਹੜੀ ਕਹਿੰਦੀ ਹੈ ਚਿੜੀ ਵਿਚਾਰੇ ਕੀ ਕਰੇ, ਠੰਡਾ ਪਾਣੀ ਪੀ ਮਰੇ, ਅਤੇ ਵੋਟਰ ਵਿਚਾਰਾ ਕੀ ਕਰੇ। ਇਹ ਤਾਂ ਅੱਜ ਅਸੀਂ ਚਰਚਾ ਕਰਨੀ ਹੈ। ਚਰਚਾ ਕਰਨ ਲਈ ਅੱਜ ਸਾਡੇ ਸਟੂਡੀਓ ਦੇ ਵਿੱਚ ਡਾਕਟਰ ਸਤਨਾਮ ਸਿੰਘ ਸੰਧੂ ਆਏ ਨੇ, ਪ੍ਰੋਫੈਸਰ ਨੇ ਪਰ ਮੁੱਖ ਸੰਪਾਦਕ ਨੇ ਪੰਜਾਬ ਹੈਰੀਟੇਜ ਦੇ, ਔਰ ਪੰਜਾਬ ਹੈਰੀਟੇਜ ਕੈਲਗਰੀ, ਟੋਰਾਂਟੋ ਅਤੇ ਹੋਰ ਕਈ ਸ਼ਹਿਰਾਂ ਦੇ ਵਿੱਚੋਂ ਨਿਕਲ ਰਿਹਾ। ਨਾਲ ਸਾਡੇ ਡਾਕਟਰ ਜਿੰਦਰਪਾਲ ਸਿੰਘ ਬਰਾੜ ਨੇ, ਬਰਾੜ ਸਾਹਿਬ ਚਿੰਤਕ ਨੇ, ਲੇਖਕ ਨੇ, ਆਲੋਚਕ ਨੇ, ਅਤੇ ਨਾਲ ਲਗਾਤਾਰ ਮੀਡੀਆ ਨਾਲ ਜੁੜੇ ਹੋਏ ਨੇ। ਤੁਹਾਡੇ ਦੋਨੋਂ ਦਾ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ। ਮੈਂ ਦਰਸ਼ਕੋ ਤੁਹਾਨੂੰ ਦੱਸਦਾ, ਅੱਜ ਅਸੀਂ ਥੋੜ੍ਹਾ ਜਿਹਾ ਇਸ ਕਰਕੇ ਵੀ ਚੇਂਜ ਕੀਤਾ ਕਿ ਅਸੀਂ ਬੜੇ ਗੰਭੀਰ ਨੁਕਤੇ ਜਿਹੜੇ 'ਤੇ ਗੱਲ ਕਰਨੀ ਹੈ ਔਰ ਤੁਹਾਨੂੰ ਵੀ ਇਹ 'ਚ ਸ਼ਾਮਿਲ ਕਰਨਾ। ਜੇ ਤੁਸੀਂ ਸਾਡੇ ਨਾਲ ਕੋਈ ਵੀ ਸਵਾਲ ਕਰਨਾ ਸਾਡੇ ਮਾਹਿਰ ਵਿਦਵਾਨਾਂ ਤੋਂ, ਤਾਂ ਤੁਸੀਂ 01 75 50 61 949 01 75 50 61 949 'ਤੇ ਸਾਡੇ ਨਾਲ ਗੱਲ ਕਰ ਸਕਦੇ ਹੋ। ਸੰਧੂ ਸਾਹਿਬ ਜੀ, ਕੀ ਲੱਗਦਾ ਵੋਟਰ ਕੀ ਸੋਚ ਕੇ ਪਾਵੇ ਵੋਟ? ਵਾਲੀਆ ਸਾਹਿਬ, 3 ਪ੍ਰਮੁੱਖ ਗੱਲਾਂ ਹੁੰਦੀਆਂ ਜਿਨ੍ਹਾਂ ਨਾਲ ਕੋਈ ਵੀ ਵਿਅਕਤੀ ਵੋਟ ਪਾਉਂਦਾ। ਉਹਨਾਂ 'ਚੋਂ ਸਭ ਤੋਂ ਪ੍ਰਮੁੱਖ ਹੁੰਦੇ ਆ ਮੁੱਦੇ, ਦੂਸਰਾ ਉਮੀਦਵਾਰ ਜਾਂ ਕੈਂਡੀਡੇਟ, ਅਤੇ ਤੀਸਰੀ ਪਾਰਟੀ। ਇਹ 3 ਗੱਲਾਂ ਨੂੰ ਧਿਆਨ 'ਚ ਰੱਖ ਕੇ ਵੋਟ ਪਾਈ ਜਾਂਦੀ ਹੈ, ਪਹਿਲਾਂ ਵੀ ਪਾਈ ਜਾਂਦੀ ਰਹੀ ਹੈ। ਪਰ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਕਿ ਵੋਟਰ ਵਿਚਾਰਾ ਕੀ ਕਰੇ। ਵੋਟਰ ਨੇ ਮੁੱਦਿਆਂ ਨੂੰ ਦੇਖ ਕੇ ਵੋਟ ਪਾਈ। ਇੱਕ ਪਾਰਟੀ ਉੱਠੀ ਸੀ ਜਿਹਨੇ ਨਾਅਰਾ ਦਿੱਤਾ ਕਿ ਅਸੀਂ ਆਮ ਲੋਕਾਂ ਦੀ ਪਾਰਟੀ ਹੈ, ਸਵਰਾਜ ਲੈ ਕੇ ਆਵਾਂਗੇ, ਜਨ ਜਨ ਦੀ ਗੱਲ ਕਰਾਂਗੇ, ਲੋਕਾਂ ਦੇ ਮੁੱਦੇ ਅੱਗੇ ਲੈ ਕੇ ਆਵਾਂਗੇ। ਉਹਨਾਂ 'ਚੋਂ ਉਹਨਾਂ ਨੇ ਕੁਛ ਉਮੀਦਵਾਰ ਹੈ ਜਿਹੜੇ ਉਹਨਾਂ ਨੂੰ ਜਿਤਾਇਆ। ਜਿੱਤਣ ਤੋਂ ਬਾਅਦ ਜਦੋਂ ਲੋਕਾਂ ਦੇ ਮੁੱਦੇ ਲੈ ਕੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾਣਾ ਸੀ, ਤਾਂ ਉਸ ਸਮੇਂ ਹੋਇਆ ਕੀ, ਵਾਪਰਿਆ ਕੀ, ਕਿ ਲੋਕਾਂ ਦੀ ਤਾਕਤ ਉਹਨਾਂ ਨੇ ਜਿੱਤਣ ਲਈ ਵਰਤ ਲਈ। ਮੁੱਦੇ ਆ ਜਿਹੜੇ ਝੋਲੇ 'ਚ ਪਾ ਕੇ ਘਰੇ ਰੱਖਤੇ, ਅਤੇ ਆਪ ਮਾਰ ਕੇ ਛਾਲ, ਕੋਈ ਅਕਾਲੀਆਂ 'ਚ, ਕੋਈ ਕਾਂਗਰਸ 'ਚ ਚਲੇ ਗਿਆ। ਇਹਦਾ ਮਤਲਬ ਇਹ ਹੋਇਆ ਕਿ ਵੋਟਰ ਦਾ ਕਨਫਿਊਜ਼ਨ ਹੈ ਜਿਹੜਾ ਉਹਨਾਂ ਨੇ ਹੋਰ ਵਧਾ ਤਾ ਕਿ ਜੇ ਮੈਂ ਵੋਟ ਪਾ ਕੇ ਕਿਸੇ ਕੈਂਡੀਡੇਟ ਨੂੰ ਜਿਤਾਊਂਗਾ, ਜਿੱਤਣ ਤੋਂ ਬਾਅਦ ਕੋਈ ਇਸ ਕਿਸਮ ਦਾ ਉਸ 'ਤੇ ਵਿਧਾਨ, ਨੇਮ ਜਾਂ ਕਾਨੂੰਨ ਲਾਗੂ ਨਹੀਂ ਹੁੰਦਾ ਕਿ ਜਿਹੜਾ ਇਹ ਵਿਅਕਤੀ ਹੈ ਜਿਨ੍ਹਾਂ ਮੁੱਦਿਆਂ 'ਤੇ ਸਾਡੇ ਤੋਂ ਵੋਟ ਲੈ ਕੇ ਜਿੱਤਿਆ, ਕਮ ਸੇ ਕਮ ਆਪਣੀ ਪੂਰੀ ਟਰਮ ਉਹਨਾਂ ਮੁੱਦਿਆਂ 'ਤੇ ਖੜ ਕੇ ਗੱਲ ਕਰੂਗਾ। ਇਸ ਕਰਕੇ ਵੋਟਰ ਨੂੰ ਹੁਣ ਲੱਗਦਾ ਕਿ ਜਿਸ ਕਿਸਮ ਦੀ ਪਿਛਲੇ ਦਿਨਾਂ 'ਚ ਰੱਦੋ ਬਦਲ ਹੋਈ ਹੈ, ਕੋਈ ਵੀ ਪਾਰਟੀ ਦੁੱਧ ਧੋਤੀ ਨਹੀਂ ਰਹੀ, ਚਾਹੇ ਉਹ ਵੱਡੀਆਂ ਪਾਰਟੀਆਂ ਚਾਹੇ ਨਵੀਆਂ ਪਾਰਟੀਆਂ, ਜਿਸ ਦਾ ਜਦੋਂ ਜਿੱਥੇ ਦਾ ਲੱਗਦਾ, ਜਿੱਧਰ ਨੂੰ ਜੀ ਕਰਦਾ, ਭਾਵੇਂ ਵਿਚਾਰਧਾਰਾ ਕੋਈ ਵੀ ਹੋਵੇ, ਉੱਧਰ ਨੂੰ ਖਿੱਚ ਕੇ ਉਹ ਲੈ ਜਾਂਦਾ, ਮੁੱਦੇ ਛੱਡ ਜਾਂਦਾ। ਰਹੀ ਗੱਲ ਕੈਂਡੀਡੇਟ ਦੀ,
ਕਈ ਵਾਰੀ ਫਿਰ ਦੂਸਰੀ ਗੱਲ ਆਉਂਦੀ ਹੈ ਕਿ ਜੇ ਮੁੱਦੇ ਸਾਨੂੰ ਨਹੀਂ ਪਕੜ ਚਾਹੁੰਦੇ ਤਾਂ ਅਸੀਂ ਕੈਂਡੀਡੇਟ ਨੂੰ ਦੇਖ ਕੇ ਵੋਟ ਪਾ ਦਈਏ। ਜਦੋਂ ਕੈਂਡੀਡੇਟ ਨੂੰ ਦੇਖ ਕੇ ਵੋਟ ਪਾਈ ਜਾਂਦੀ ਹੈ ਤਾਂ ਕੈਂਡੀਡੇਟ ਨੂੰ ਕਈ ਵਾਰੀ ਪੁਰਾਣੀਆਂ ਪਾਰਟੀਆਂ ਉਹਦੀ ਐਸੀ ਬਾਂਹ ਮਰੋੜਦੀਆਂ ਉਸ ਨੂੰ ਬੋਲਣ ਦਾ ਸਮਾਂ ਹੀ ਨਹੀਂ ਮਿਲਦਾ। ਅਸੀਂ ਕੇਂਦਰ ਦੇ ਵਿੱਚ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਲੋਕ ਸਭਾ ਦੀ ਜਿਹੜੀ ਪਿਛਲੀ ਟਰਮ ਸੀ ਉਹਦੇ ਵਿੱਚ ਬਹੁਤ ਵੱਡੇ ਵੱਡੇ ਪੰਜਾਬ 'ਚੋਂ ਬੰਦੇ ਉਮੀਦਵਾਰ ਜਿੱਤ ਕੇ ਗਏ, ਪਰ ਜਦੋਂ ਉੱਥੇ ਮੰਤਰੀ ਬਣਨ ਦੀ ਵਾਰੀ ਆਉਂਦੀ ਹੈ ਤਾਂ ਉੱਥੇ ਪੈਰਾਮੀਟਰ ਕੁਛ ਹੋਰ ਹੋ ਜਾਂਦੇ ਹੈ। ਇਸ ਕਰਕੇ ਕਈ ਵਾਰੀ ਇਹ ਲੱਗਦਾ ਹੈ ਕਿ ਕੀ ਕੈਂਡੀਡੇਟ ਨਾਲੋਂ ਜਿਹੜਾ ਉਸਦੀ ਪਾਰਟੀ ਹੈ ਉਹ ਮਹੱਤਵਪੂਰਨ ਹੈ। ਫਿਰ ਗੱਲ ਆ ਜਾਂਦੀ ਹੈ ਕਿ ਪਾਰਟੀ ਨੂੰ ਦੇਖ ਕੇ ਵੋਟ ਪਾਇਆ ਜਾਵੇ। ਹੁਣ ਪਾਰਟੀ ਨੂੰ ਦੇਖ ਕੇ ਜੇ ਵੋਟ ਪਾਇਆ ਜਾਵੇ ਕਿ ਸਾਡੀਆਂ ਪਾਰਟੀਆਂ ਡੈਮੋਕ੍ਰੇਸੀ ਦੀ ਰੱਖਿਆ ਕਰ ਰਹੀਆਂ, ਜੇ ਡੈਮੋਕ੍ਰੇਸੀ ਦੀ ਰੱਖਿਆ ਕਰਨ ਵਾਸਤੇ ਸਾਡੀਆਂ ਪਾਰਟੀਆਂ ਚੱਲ ਰਹੀਆਂ ਤਾਂ ਡੈਮੋਕ੍ਰੇਸੀ ਦਾ ਮੁੱਢਲਾ ਅਸੂਲ ਹੈ ਕੈਂਡੀਡੇਟ ਪਾਰਟੀ ਪ੍ਰਧਾਨ ਉਸ ਨੂੰ ਡੈਮੋਕ੍ਰੇਟਿਕ ਅਸੂਲਾਂ ਮੁਤਾਬਕ ਚੁਣਿਆ ਜਾਵੇ। ਕੀ ਸਾਡੀਆਂ ਪਾਰਟੀਆਂ ਦੇ ਪ੍ਰਧਾਨ, ਕੀ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਜਿਹੜਾ ਇੱਕ ਪਰਿਵਾਰ ਤੋਂ ਬਾਹਰੋਂ ਚੁਣਿਆ ਜਾ ਸਕਦਾ, ਕੀ ਇਹ ਲੋਕਤੰਤਰ ਹੈ? ਕੀ ਬੀਜੇਪੀ ਦੇ ਵਿੱਚ ਦੋ ਤਿੰਨ ਵਿਅਕਤੀਆਂ ਦੀ ਹੈਜਮਣੀ ਨਹੀਂ ਬਣੀ ਹੋਈ, ਉਹਨਾਂ ਨੇ ਬਾਕੀ ਸਾਰੇ ਪਾਸੇ ਕਰਤੇ? ਕੀ ਇਸੇ ਤਰੀਕੇ ਨਾਲ ਹੋਰ ਖੇਤਰੀ ਪਾਰਟੀਆਂ ਵਿੱਚ ਪਰਿਵਾਰਵਾਦ ਨਹੀਂ ਆਏ ਹੋਏ? ਇਹਨਾਂ ਸਾਰੇ ਮਸਲਿਆਂ ਦੇ ਵਿੱਚ ਹੋਇਆ ਇਹ ਕਿ ਜਿਹੜਾ ਤੁਸੀਂ ਅੱਜ ਦਾ ਮੁੱਦਾ ਰੱਖਿਆ, ਵੋਟਰ ਕਨਫਿਊਜ਼ ਹੋਇਆ ਪਿਆ ਕਿ ਉਹ ਕਿਹਨੂੰ ਵੋਟ ਪਾਵੇ। ਕਦੇ ਉਹ ਸੋਚਦਾ ਜੇ ਇੱਕ ਨੂੰ ਵੋਟ ਪਾਤੀ ਬੀਜੇਪੀ ਚਲਾ ਜਾਊਗਾ, ਇਸ ਕਿਸਮ ਦੀਆਂ ਸਮੱਸਿਆਵਾਂ ਨਾਲ ਵੋਟਰ ਯੂਜ ਰਹੇ। ਜੀ ਜੀ ਸੰਤੋਖ ਸਾਹਿਬ, ਇੱਕ ਫੋਨ ਕਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਕਿੱਥੋਂ ਬੋਲ ਰਹੇ ਜੀ? ਅਸੀਂ ਘਲੋਟ ਤੋਂ ਬੋਲਦੇ, ਰਾਣਾ ਸਾਹਿਬ ਕੋਲ ਤੁਹਾਡੇ ਕੋਲੋਂ ਜੀ। ਅੱਛਾ, ਅਸੀਂ ਤੁਹਾਡਾ ਪ੍ਰੋਗਰਾਮ ਫਿਰ ਜਿਹੜੇ ਫਿਰ ਟਾਈਮ ਸੀ ਵੀ ਚੱਲ ਜਿਹੜਾ ਹੁਣ ਜੀ ਆਪਾਂ ਖਾਲਸਾ ਜਿਤਾਇਆ ਸੀ ਜੀ, ਉਹ ਦੂਜੇ ਪਾਸੇ ਚਲੇ ਗਿਆ ਜੀ। ਉੱਪਰ ਜੀ ਮੇਰੇ ਵੋਟ ਹੁਣ ਲੋਕਾਂ ਨੇ ਜਾਜਪੁਰ ਮੀਰ ਅਮੀਰ ਨੂੰ ਪਾ ਦਈਏ ਜੀ, ਮਗਰੋਂ ਕਿੱਥੋਂ ਜਾਊ? ਅੱਛਾ, ਚਲੋ ਇਹੀ ਗੱਲ ਬਰਾੜ ਸਾਹਿਬ, ਕਨਫਿਊਜ਼ਨ ਤਾਂ ਇਹੀ ਹੈ। ਹਰਿੰਦਰ ਸਿੰਘ ਖਾਲਸਾ ਪਹਿਲਾਂ ਜਿਤਾਇਆ ਗਿਆ ਸੀ ਅਕਾਲੀਆਂ ਵੱਲੋਂ, ਫਿਰ ਉਹ ਚਲਾ ਗਿਆ ਆਮ ਆਦਮੀ ਪਾਰਟੀ 'ਚ। ਜੇ ਇਹਨਾਂ ਦੀ ਗੱਲ ਨੂੰ ਆਪਾਂ ਕਾਲਰ ਦੇ ਹਵਾਲੇ ਨਾਲ ਹੀ ਗੱਲ ਕਰ ਲਈਏ, ਅਤੇ ਫਿਰ ਇਹ ਖਾਲਸਾ ਹੁਣ ਚਲਾ ਗਿਆ ਭਾਰਤੀ ਜਨਤਾ ਪਾਰਟੀ 'ਚ। ਹੁਣ ਇਹ ਕਹਿੰਦੇ ਨੇ ਜਿਹੜਾ ਉੱਥੇ ਖੜ੍ਹਾ ਕੀਤਾ ਹੈ, ਹਾਲਾਂਕਿ ਗਿਆਸਪੁਰ ਦਾ ਅਸੀਂ, ਕਿਉਂਕਿ ਮੈਂ ਇੱਕ ਵਾਰ ਫਿਰ ਦੱਸਦਾ ਆਪਣੇ ਸਾਰੇ ਦਰਸ਼ਕਾਂ ਨੂੰ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਜੋ ਤੁਹਾਡੀ ਟਿੱਪਣੀ ਕਰ ਸਕਦੇ ਹੋ, ਲੇਕਿਨ ਕਿਉਂਕਿ ਅਸੀਂ ਨਿਰਪੱਖ ਹੋ ਕੇ ਗੱਲ ਕਰਨੀ ਹੈ, ਅਸੀਂ ਇੱਥੇ ਇਹ ਨਹੀਂ ਕਹਿਣਾ ਵੀ ਇਹਨੂੰ ਵੋਟ ਪਾਉਣੀ ਹੈ ਜਾਂ ਇਹਨੂੰ ਵੋਟ ਪਾਉਣੀ ਹੈ। ਇਹ ਕੋਈ ਪ੍ਰਚਾਰ ਦਾ ਸਾਧਨ ਨਹੀਂ, ਇਹ ਡਿਸਕਸ਼ਨ ਦਾ, ਚਰਚਾ ਦਾ, ਸੰਵਾਦ ਦਾ ਸਾਧਨ ਹੈ। ਸੋ ਉਹ ਇਹ ਕਹਿੰਦੇ ਨੇ ਕਿ ਜਿਹਨੂੰ ਵੋਟ ਪਾਵਾਂਗੇ ਕੱਲ੍ਹ ਨੂੰ ਕਿਸੇ ਹੋਰ ਪਾਸੇ ਚਲੇ ਜਾਊ। ਕਨਫਿਊਜ਼ਨ ਤਾਂ ਇਹੀ ਹੈ, ਖਾਸ ਤੌਰ 'ਤੇ ਜਦੋਂ ਦਾ ਨਾਜਰ ਸਿੰਘ ਮਾਨਸ਼ਾਹੀ ਆ ਗਿਆ, ਜਗਮੀਤ ਬਰਾੜ ਇੱਧਰ ਆਇਆ, ਲੋਕ ਸੋਚਦੇ ਨੇ ਇਹਨਾਂ ਦੀ ਨਾ ਆਈਡਿਆਲੋਜੀ ਨਾ ਪਾਰਟੀ, ਅਸੀਂ ਕਿੱਧਰ ਜਾਈਏ, ਕਿਹਦੀ ਗੱਲ ਮੰਨੀਏ? ਦੇਖੋ ਵਾਲੀ ਸਾਹਿਬ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਅਸਲ ਦੇ ਵਿੱਚ ਤਾਂ ਜਿਹੜੀ ਇਸ ਵੇਲੇ ਡੈਮੋਕ੍ਰੇਸੀ ਆ ਭਾਰਤ ਦੀ, ਉਹ ਮੈਚਿਓਰ ਤਾਂ ਹੋ ਰਹੀ ਹੈ, ਇਸ ਗੱਲ ਤੋਂ ਤਾਂ ਕੋਈ ਸ਼ੱਕ ਨਹੀਂ ਗਾ। ਲੋਕਾਂ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਸਾਰੀਆਂ ਪਾਰਟੀਆਂ ਦੇ ਲੀਡਰਾਂ ਦਾ ਕਿਰਦਾਰ ਇੱਕੋ ਜਿਹਾ, ਇਹ ਕਿਰਦਾਰ ਇੱਕੋ ਜਿਹਾ ਹੋਇਆ ਕਿਉਂ? ਅਸਲ ਦੇ ਵਿੱਚ ਇਹ ਕਿ ਪਾਰਟੀ ਛੱਡ ਕੇ ਬੰਦਾ ਦੂਜੀ ਪਾਰਟੀ 'ਚ ਕਿਉਂ ਚਲਿਆ ਜਾਂਦਾ? ਅਸਲ 'ਚ ਕਿਰਦਾਰ ਇੱਕੋ ਜਿਹਾ ਹੋਇਆ ਕਿਉਂ? ਉਹਦਾ ਕਾਰਨ ਹੈ ਕਿ ਦੇਸ਼ ਦੇ ਵਿੱਚ ਸਾਰੇ ਲੰਮੇ ਸਮੇਂ ਤੋਂ ਇੱਕੋ ਜਿਹੇ ਕਾਰਪੋਰੇਟੀ ਕਿਸਮ ਦਾ, ਪੂੰਜੀਵਾਦੀ ਕਿਸਮ ਦਾ ਰਾਜ ਚੱਲ ਰਿਹਾ, ਅਤੇ ਉਸ ਰਾਜ ਅਨੁਸਾਰ ਕੋਈ ਫਰਕ ਹੀ ਨਹੀਂ ਗਾ ਨੀਤੀਆਂ ਦੇ ਵਿੱਚ, ਉਹ ਚਾਹੇ ਏ ਪਾਰਟੀ ਹੋਵੇ ਚਾਹੇ ਬੀ ਪਾਰਟੀ ਹੋਵੇ। ਜਿਹੜੀਆਂ ਮਨਮੋਹਨ ਸਿੰਘ ਨੇ ਨੀਤੀਆਂ ਲਾਗੂ ਕੀਤੀਆਂ ਉਹਨਾਂ ਨੀਤੀਆਂ ਨੂੰ ਹੀ ਭਾਰਤੀ ਜਨਤਾ ਪਾਰਟੀ ਨੇ ਅੱਗੇ ਵਧਾਇਆ, ਅਤੇ ਇਸ ਕਾਰਨ ਕਰਕੇ ਬਹੁਤਾ ਫਰਕ ਹੀ ਨਹੀਂ ਪੈਂਦਾ ਕਿ ਏ ਪਾਰਟੀ 'ਚ ਜਾਂ ਬੀ ਪਾਰਟੀ 'ਚ, ਅਤੇ ਸਿਆਸੀ ਲੀਡਰਾਂ ਨੂੰ ਇਹ ਪਤਾ ਲੱਗ ਗਿਆ। ਸੋਰੀ, ਇੱਕ ਫੋਨ ਕਾਲ ਉਹਦੇ ਜਵਾਬ ਵੀ ਵਿੱਚ ਦੇ ਲਾਂਗੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਰੋਪੜ ਤੇ ਬੋਲ ਰਿਹਾ, ਡਾਕਟਰ ਕੁਲਵੰਤ ਸਿੰਘ ਜੀ। ਹਾਂਜੀ ਡਾਕਟਰ ਸਾਹਿਬ, ਕੀ ਕਹੋਗੇ? ਸਰ, ਜਿਹੜਾ ਤੁਸੀਂ ਬਾਤ ਠੀਕ ਨਹੀਂ, ਤੁਸੀਂ ਚਰਚਾ ਦਾ ਵਿਸ਼ਾ ਰੱਖਿਆ ਬਹੁਤ ਵਧੀਆ ਰੱਖਿਆ ਜੀ। ਸਰ, ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਚਾਹੇ ਅਕਾਲੀ ਆ, ਚਾਹੇ ਕਾਂਗਰਸ ਆ, ਚਾਹੇ ਆਮ ਆਦਮੀ ਪਾਰਟੀ ਆ ਜੀ, ਕਿਸੇ ਵਿੱਚ ਕੋਈ ਡਿਸਿਪਲਿਨ ਦੀ ਕੋਈ ਨਾਂ ਦੀ ਚੀਜ਼ ਨਹੀਂ ਰਹੀ ਹੈਗੀ ਜੀ। ਜਿਹੜੇ ਪਾਰਟੀ ਵਰਕਰ ਆ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ, ਜਿਹੜੇ ਪਾਰਟੀ ਮੈਂ 20-20 ਸਾਲ ਲੋਕਾਂ ਨੂੰ ਹੋ ਗਏ ਉਹੀ ਕੰਮ ਕਰਦੇ ਨੂੰ ਹੋ ਗਏ, ਉਹਨਾਂ ਨੂੰ ਕੋਈ ਟਿਕਟ ਨਹੀਂ ਦਿੰਦਾ, ਕੋਈ ਇੱਧਰੋਂ ਲਿਆ ਕੇ ਟਿਕਟ ਦੇ ਦਿੰਦਾ, ਕੋਈ ਇੱਧਰੋਂ ਲਿਆ ਕੇ ਟਿਕਟ ਦਿੰਦਾ, ਜਿਵੇਂ ਹੰਸ ਰਾਜ ਹੰਸ ਸਾਹਿਬ ਨੂੰ ਦਿੱਲੀ ਲੈ ਗਏ, ਜਿਵੇਂ ਪੁਰੀ ਸਾਹਿਬ ਨੂੰ ਉਹਨੂੰ ਇੱਥੇ ਅੰਮ੍ਰਿਤਸਰ ਲਿਆਏ, ਇੱਦਾਂ ਹੀ ਅਕਾਲੀਆਂ ਵਿੱਚ ਹੋਇਆ, ਇੱਦਾਂ ਹੀ ਆਮ ਆਦਮੀ ਪਾਰਟੀ ਦੇ ਜਸਟਿਸ ਜੋਰਾ ਸਿੰਘ ਜੀ ਕਿਆ ਇਨਸਾਫ ਕਰਦੇ ਹੋਣਗੇ। ਸੋ ਮੈਂ ਤਾਂ ਕਹਿੰਦਾ ਜਿਹੜੇ ਪਾਰਟੀਆਂ ਕਰਦੀਆਂ ਨੇ ਉਹ ਆਪਣੇ ਚੋਣ ਵਾਧੇ ਫਰਨ, ਕੈਪਟਨ ਸਾਹਿਬ ਬੜੇ ਆਰਾਮ ਨਾਲ ਬੈਠੇ ਨੇ ਜੀ, ਜੇ ਇੱਦਾਂ ਕਹੋਗੇ ਤਾਂ ਇੱਦਾਂ ਵੋਟਾਂ ਨਹੀਂ ਮਿਲਣੀਆਂ। ਉੱਧਰ ਸੁਖਬੀਰ ਬਾਦਲ ਉਹ ਆਪਣੀ ਕੰਪੇਨ ਚਲਾ ਰਹੇ ਨੇ,
ਪਰ ਜਿਹੜੀ ਉੱਤੇ ਆਪਣੇ ਬਹਿਬਲ ਕਰਾਂ ਦੀ ਗੋਲੀ ਕਾਂਡ ਹੋਇਆ ਉਹਦੇ ਵਿੱਚ ਉਹਨੂੰ ਸੰਗਤਾਂ ਮਾਫ ਨਹੀਂ ਕਰਨਗੀਆਂ ਜੀ। ਧੰਨਵਾਦ ਜੀ, ਸ਼ੁਕਰੀਆ। ਸੋ ਗੱਲ ਤਾਂ ਜਿਹੜੀ ਆਪਾਂ ਕਰ ਰਹੇ ਸੀ ਉਹੀ ਮੇਰਾ ਖੈਰ ਕਾਲਰ ਨੇ ਕੀਤੀ ਹੈ। ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ ਉਹ ਗੱਲ ਇਹ ਕਹਿਣੀ ਚਾਹ ਰਿਹਾ ਸੀਗਾ ਕਿ ਕਿਉਂਕਿ ਸਭ ਪਾਰਟੀਆਂ ਦੀ ਵਿਚਾਰਧਾਰਾ ਇੱਕ ਆ, ਇਸ ਕਰਕੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਜਾਂਦਿਆਂ ਬੰਦਿਆਂ ਨੂੰ ਨਾ ਸ਼ਰਮ ਆਉਂਦੀ ਹੈ ਨਾ ਵਾਸਤਾ, ਪਰ ਲੋਕ ਇਸ ਗੱਲ ਤੋਂ ਦੁਖੀ ਨੇ। ਹੁਣ ਇਹ ਕਿ ਲੋਕਾਂ ਨੇ ਜਦੋਂ ਵੋਟਾਂ ਪਾਉਣੀਆਂ ਉਹ ਕਿਹੜੀ ਗੱਲ ਦਾ ਧਿਆਨ ਰੱਖਣ, ਅੱਜ ਜੋ ਆਪਣਾ ਮੁੱਖ ਮੁੱਦਾ ਨਹੀਂ ਤਾਂ ਸਿਆਸਤ ਐਡੀ ਲੰਮੀ ਚੌੜੀ। ਸਭ ਸਾਰੀਆਂ ਪਾਰਟੀਆਂ ਦੀ ਵਿਚਾਰਧਾਰਾ ਇੱਕ, ਇਹ ਗੱਲ ਇਹ ਕਿ ਦਿਖਣ ਨੂੰ ਅੱਡ ਅੱਡ ਲੱਗਦੀ ਹੈ, ਇੱਕ ਅੱਧੇ ਮੁੱਦੇ ਤੇ ਵੱਖਰੀ ਹੋ ਸਕਦੀ ਹੈ ਕਿ ਹਿੰਦੂਤਵ ਦਾ ਮੁੱਦਾ ਲੈ ਕੇ ਆਈ, ਇੱਕ ਸੈਕੂਲਰਿਜ਼ਮ ਦਾ ਮੁੱਦਾ ਲੈ ਕੇ ਆਈ। ਜਿਹੜੀ ਪਾਰਟੀ ਹੁਣ ਹਿੰਦੂਤਵ ਦਾ ਮੁੱਦਾ ਲੈ ਕੇ ਆਈ ਆ ਉਹ ਅਟਲ ਬਿਹਾਰੀ ਵਾਜਪਾਈ ਵਾਲੇ ਇਸ ਤਰ੍ਹਾਂ ਨਹੀਂ ਸੀਗੀ, ਹੁਣ ਉਹ ਹਿੰਦੂਤਵ ਦਾ ਮੁੱਦਾ ਲੈ ਕੇ ਆਈ ਕਿਉਂਕਿ ਉਹਦੇ ਕੋਲ ਵਧੇਰੇ ਸੀਟਾਂ ਨੇ। ਜਿਸ ਨੂੰ ਅਸੀਂ ਹੁਣ ਸੈਕੂਲਰ ਪਾਰਟੀ ਕਹਿ ਰਹੇ ਹਾਂ ਉਹਨੇ ਮਰ ਕੇ ਹਰਿਮੰਦਰ ਸਾਹਿਬ ਤੇ ਅਟੈਕ ਕਰਾਇਆ। ਇਹਦਾ ਮਤਲਬ ਇਹ ਕਿ ਇਹ ਪਾਰਟੀਆਂ ਸਾਰੀਆਂ ਹੀ ਘੱਟ ਗਿਣਤੀਆਂ ਦੇ ਵਿਰੁੱਧ ਨੇ, ਕਾਰਪੋਰੇਟਿਵ ਮਾ ਕੇ ਮਾਡਲ ਚੱਲ ਰਿਹਾ, ਸਾਰੀਆਂ ਹੀ ਪਾਰਟੀਆਂ ਮਾ ਕੇ ਘੱਟ ਗਿਣਤੀਆਂ ਦੇ ਵਿਰੁੱਧ ਆ। ਫਿਰ ਵੀ ਵੋਟਰ ਜਦੋਂ ਵੋਟ ਪਰ ਮੈਨੀਫੈਸਟੋ ਤਾਂ ਇੱਕ ਨਹੀਂ, ਮੈਨੀਫੈਸਟੋ ਬੁਨਿਆਦੀ ਤੌਰ ਤੇ ਇਹ 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 ਜਦੋਂ ਇਹ ਕਹਿੰਦੇ ਕਿ ਸਾਡਾ ਮੈਨੀਫੈਸਟੋ ਚੋਰੀ ਕਰ ਲਿਆ, ਸਾਡੇ ਮੈਨੀਫੈਸਟੋ ਚੋਰੀ ਕਰ ਲਿਆ, ਅਸੀਂ ਮੈਂ ਕਿਹਾ ਸੀ ਕਿਸਾਨਾਂ ਦੇ ਖਾਤਿਆਂ 'ਚ ਪਾਵਾਂਗੇ, ਇਹ ਕਹਿੰਦੇ ਸੀ ਹਰੇਕ ਦੇ ਖਾਤਿਆਂ 'ਚ ਪਾਵਾਂਗੇ, ਤਾਂ ਕਾਫੀ ਹੱਦ ਤੱਕ ਉਹ ਵੈਸੇ ਉਹ ਵੀ ਇੱਕ ਕਹਿ ਸਕਦੇ ਹਾਂ ਕਿ ਮਿਨੀਮਮ ਜਿਹੜਾ ਦੇਸ਼ ਦੇ ਆਰਥਿਕਤਾ ਨੂੰ ਚਲਾਉਣ ਲਈ ਕੁਝ ਪੈਸੇ ਹਰੇਕ ਵਰਗ ਕੋਲੇ ਪਾਉਣੇ ਚਾਹੀਦੇ। ਪਰ ਮੈਂ ਉਸ ਗੱਲ 'ਤੇ ਆਉਣਾ ਚਾਹੁੰਦਾ ਕਿ ਆਖਰ ਬੰਦੇ ਨੇ ਜਦੋਂ ਵੋਟ ਪਾਉਣ ਜਾਂਦਾ ਤੇ ਵੋਟ ਪਾ ਕੇ ਕੀ ਸੋਚੇ? ਪਹਿਲੀ ਗੱਲ ਤੁਹਾਨੂੰ ਇਹ ਸੋਚਣੀ ਚਾਹੀਦੀ ਕਿ ਜਿਸ ਪਾਰਟੀ ਦੇ ਵਿਅਕਤੀ ਨੂੰ ਮੈਂ ਵੋਟ ਪਾ ਰਿਹਾ ਉਸ ਪਾਰਟੀ ਦੀ ਵਿਚਾਰਧਾਰਾ ਕੀ ਹੈ, ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ। ਪਰ ਦੂਜੀ ਗੱਲ ਇਹ ਕਿ ਜਿਸ ਵਿਅਕਤੀ ਨੂੰ ਵੋਟ ਪਾਉਣ ਜਾ ਰਿਹਾ ਉਹਦਾ ਕਿਰਦਾਰ ਕੀ ਹੈ? ਬਿਲਕੁਲ। ਤੇ ਉਸ ਕਿਰਦਾਰ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਕਿ ਜਿਹੜਾ ਬੰਦਾ ਇੱਕ ਵਾਰ ਚੋਣ ਲੜ ਚੁੱਕਿਆ ਉਹਦੇ ਲਈ ਤਾਂ ਜਿਹੜੇ ਪਹਿਲਾਂ ਕੀਤੇ ਕੰਮ ਆ ਉਹ ਜ਼ਰੂਰ ਵੇਖਣੇ ਚਾਹੀਦੇ। ਪਹਿਲਾਂ ਕੀਤੇ ਕੰਮਾਂ ਦੇ ਵਿੱਚੋਂ ਇਹ ਕਿ ਉਹ ਬੋਲਿਆ ਕਿੰਨਾ, ਉਹਨੇ ਬਿੱਲ ਕਿੰਨੇ ਪੇਸ਼ ਕੀਤੇ, ਉਹਨੇ ਪ੍ਰਸ਼ਨ ਕਿੰਨੇ ਪੁੱਛੇ, ਉਹਨੇ ਮੁੱਦੇ ਕਿੰਨੇ ਠਾਏ। ਅਗਲੀ ਗੱਲ ਕਿ ਉਹ ਆਪਦਾ ਹੀ ਵਿਕਾਸ ਤਾਂ ਨਹੀਂ ਕਰ ਗਿਆ? ਆਪਦੇ ਵਿਕਾਸ ਤੋਂ ਭਾਵ ਇੱਕ ਤਾਂ ਇਹ ਕਿ ਜਿਹੜਾ ਉਹ ਹਲਫਨਾਮਾ ਕਰਦਾ ਦਰਜ, ਜੇ ਵਾਲ ਕੇ ਬੰਦੇ ਦਾ 5 ਕਿਲੋ ਸੋਨਾ 10 ਕਿਲੋ ਹੋ ਗਿਆ, 16 ਕਿਲੋ ਹੋ ਜਾਂਦਾ ਜੇ, ਤਾਂ ਉੱਥੇ ਸਾਨੂੰ ਸੋਚਣਾ ਚਾਹੀਦਾ ਕਿ ਅਕਸਰ ਲੋਕਾਂ ਦੀ ਜਾਇਦਾਦ ਘੱਟਦੀ ਆ ਤੇ ਲੀਡਰਾਂ ਦੀ ਜਾਇਦਾਦ ਕਿਵੇਂ ਵੱਧ ਰਹੀ ਹੈ। ਪੱਤਰਕਾਰ ਨੇ ਤਾਂ ਦੇਖਿਆ ਵੀ ਪੰਡ ਬੰਨੀ ਜਾ ਸਕਦੇ, ਕਹਿੰਦੇ ਬੰਨੀ ਵੀ ਜਾ ਸਕਦੇ। ਬਿਲਕੁਲ ਠੀਕ। ਅਗਲੀ ਗੱਲ ਇਹ ਕਿ ਉਹਨੇ ਸਥਾਨਕ ਲੋਕਾਂ ਨਾਲ ਤਾਲਮੇਲ ਕਿੰਨਾ ਰੱਖਿਆ ਜੀ? ਸਥਾਨਕ ਲੋਕਾਂ ਨਾਲ ਤਾਲਮੇਲ ਰੱਖਣ ਦਾ ਸਿਰਫ ਇੰਨਾ ਭਾਵ ਨਹੀਂ ਕਿ ਰੋਜ਼ ਮਾ ਕੇ ਭੋਗਾ ਤੇ ਜਾ ਆਉਂਦਾ ਜਾਵੇ ਤੇ ਮੁੜ ਕੇ ਰੋਜ਼ ਮਾ ਕੇ ਸ਼ਗਨ ਫੜਾ ਆਉਂਦੇ ਜਾਣ ਵਿਆਹਾਂ ਤੇ। ਤਾਲਮੇਲ ਤੋਂ ਭਾਵ ਕਿ ਲੋਕਾਂ ਦੇ ਜਿਹੜੇ ਸਹੀ ਦੁੱਖ ਸੁੱਖ ਨੇ, ਜਿਹੜੇ ਸਮੂਹਕ ਦੁੱਖ ਸੁੱਖ ਨੇ, ਉਹਨਾਂ ਵਿੱਚ ਬੰਦਾ ਕਿੰਨਾ ਖੜਿਆ। ਮੈਨੂੰ ਲੱਗਦਾ ਕਿ ਚਾਹੀਦਾ ਜੋ ਹੈਗਾ ਕਿ ਨਾ ਆਰ ਦੀ ਨਾ ਪਾਰ ਦੀ ਨਾ ਬੋਧੀ ਦੀ ਨਾ ਦਸਤਾਰ ਦੀ, ਵੱਡੀ ਗੱਲ ਆ ਕਿ ਵੋਟਰ ਗੱਲ ਕਰੇ ਕਿਰਦਾਰ ਦੀ, ਕਿ ਕਿਸੇ ਬੰਦੇ ਦੀ ਕਿਰਦਾਰ ਕੀ ਹੈ। ਕਿਰਦਾਰ ਦੀ ਜਿਹੜੀ ਗੱਲ ਹੈ, ਮੈਂ ਮੇਰਾ ਖਿਆਲ ਹੈ ਸੰਧੂ ਸਾਹਿਬ ਇੱਕ ਗੱਲ ਜਾਂ ਤਾਂ ਬਰਾੜ ਸਾਹਿਬ ਮਿਸ ਕਰ ਗਏ ਜਾਂ ਅੱਗੇ ਕਰਨੀ ਹੈ ਇਹਨਾਂ ਨੇ, ਕਿ ਜਿਹੜੇ ਖਾਸ ਮੁੱਦੇ ਨੇ, ਜਿਹੜੇ ਪੰਜਾਬ ਨਾਲ ਸੰਬੰਧਿਤ ਮੁੱਦੇ ਨੇ, ਜੇ ਪੰਜਾਬ ਦੇ ਹਵਾਲੇ ਨਾਲ ਕਰੀਏ, ਕਿੰਨੇ ਕੁ ਬੰਦਿਆਂ ਨੇ ਵਾਤਾਵਰਨ ਦੀ ਗੱਲ ਕੀਤੀ ਹੈ? ਇਹ 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 ਵੋਟਰ ਕਿਉਂ ਨਾ ਸੋਚਣ ਕਿ ਵਾਤਾਵਰਨ ਦੀ ਥਰਮਲ ਲਾਤੇ ਤਿੰਨ, ਉਹਨਾਂ ਨਾਲ ਜਿਹੜਾ ਪੋਲਿਊਸ਼ਨ ਹੁੰਦਾ ਉਸ ਇਲਾਕੇ ਦੇ ਲੋਕ। ਵਾਲੀਆ ਸਾਹਿਬ, ਹਾਲਾਤ ਮੈਂ ਬਰਾੜ ਸਾਹਿਬ ਦੀ ਗੱਲ ਨੂੰ ਅੱਗੇ ਲੈ ਕੇ ਜਾਊਂਗਾ। ਹਾਲਾਤ ਹੁਣ ਇਹ ਬਣ ਗਏ ਕਿ ਹੁਣ ਇਲੈਕਸ਼ਨ ਹੈ ਜਿਹੜੇ, ਇਹ ਮੈਨੇਜਮੈਂਟ ਬਣ ਗਏ। ਮੈਨੇਜਮੈਂਟ ਕਿਸ ਤਰੀਕੇ ਨਾਲ ਬਣ ਗਏ ਕਿ ਲੋਕ ਜਿਹੜੀ ਚੀਜ਼ ਮੰਗਦੇ ਨਹੀਂ ਉਹਨਾਂ ਨੂੰ ਉਹ ਪਰੋਸੀ ਜਾਂਦੀ ਹੈ। ਪਿਛਲੇ ਇਲੈਕਸ਼ਨ ਦੇ ਵਿੱਚ ਕਿਸੇ ਨੇ ਕਿਹਾ ਸੀ ਸਾਨੂੰ 15 ਲੱਖ ਦਿਓ, ਕਿਸੇ ਨੇ ਕਿਹਾ ਸੀ ਸਾਨੂੰ ਸਮਾਰਟਫੋਨ ਦਿਓ, ਬਿਨਾਂ ਮੰਗੇ ਤੋਂ ਉਹਨਾਂ ਨੂੰ ਉਹ ਚੀਜ਼ ਪਰੋਸੀ ਜਾਂਦੀ ਹੈ। ਜਿਹਦੀ ਲੋੜ ਹੈ ਉਹਦੇ ਬਾਰੇ ਗੱਲ ਨਹੀਂ ਕੀਤੀ ਜਾਂਦੀ। ਅੱਜ ਸਾਡੀ ਲੋੜ ਹੈ, ਕਿੰਨੇ ਚਿਰ ਤੋਂ ਅਸੀਂ ਲੱਗੇ ਹੋਏ ਹਾਂ, ਪੰਜਾਬ ਦੀ ਗੱਲ ਜੇ ਮੈਂ ਕਰਾਂ, ਬੁੱਢਾ ਨਾਲਾ ਸਾਡਾ ਸਾਫ਼ ਹੋ ਗਿਆ, ਕੀ SYL ਵਾਲਾ ਮਸਲਾ ਹੱਲ ਹੋ ਗਿਆ, ਕੀ ਚੰਡੀਗੜ੍ਹ ਪੰਜਾਬ ਨੂੰ ਮਿਲ ਗਿਆ, ਕੀ ਧਾਰਾ 370 ਖਤਮ ਹੋ ਗਈ, ਕੀ ਰਾਜਾਂ ਨੂੰ ਸੰਘੀ ਢਾਂਚੇ ਦੇ ਵਿੱਚ ਵੱਧ ਅਧਿਕਾਰ ਮਿਲ ਗਏ, ਕੀ ਸਾਡਾ ਜਿਹੜਾ ਸਿਰ ਤੇ ਚੜਿਆ ਹੋਇਆ ਕਰਜ਼ਾ ਉਹ ਠੀਕ ਹੋ ਗਿਆ। ਮੁੱਦੇ ਤਾਂ ਪੰਜਾਬ ਦੇ ਇਹ ਹੈ, ਸਾਡੇ ਹੁਣ ਮੁੱਦੇ ਕੀ ਬਣੇ ਹੋਏ? ਜੀ ਜੀ ਹੈਲੋ। ਹਾਂਜੀ, ਮੈਂ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਕਿੱਥੋਂ ਬੋਲ ਰਿਹਾ ਜੀ? ਤੁਸੀਂ ਜਤਿੰਦਰ ਰਾਜਵਰਾ ਜੀ। ਮੈਂ ਦਰਸ਼ਕਾਂ ਨੂੰ ਵੀ ਬੇਨਤੀ ਕਰਦਾ ਕਿ ਜਦੋਂ ਤੁਸੀਂ ਗੱਲ ਕਰੋ ਤਾਂ ਸਾਨੂੰ ਆਈਡੀਆ ਮਿਲ ਜਾਂਦਾ ਕਿ ਕਿੱਥੋਂ ਤੁਸੀਂ ਬੋਲ ਰਹੇ ਹੋ, ਜਾਂ ਸਾਡੇ ਹੋਰ ਸੁਣਨ ਵਾਲੇ ਆਪਣੇ ਆਪ 'ਚ ਇਨਵੋਲਵਮੈਂਟ ਸਮਝਦੇ ਨੇ ਕਿ ਤੁਸੀਂ ਕਿੱਥੋਂ ਬੋਲ ਰਹੇ ਹੋ, ਕੌਣ ਬੋਲ ਰਹੇ ਹੋ। ਇਹ ਚੰਗਾ ਲੱਗਦਾ ਕਿ ਹੁਣ ਤੁਸੀਂ ਰਾਜਪੁਰੇ ਤੋਂ ਕੌਣ ਬੋਲ ਰਹੇ ਹੋ? ਜਤਿੰਦਰ ਸਰ, ਰਾਜਪੁਰਾ। ਹਾਂਜੀ ਜਤਿੰਦਰ ਜੀ, ਕੀ ਕਹੋਗੇ? ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਹੈਗਾ ਜੀ, ਜਿੰਨੀ ਵੀ ਪੰਜਾਬ ਦੀ ਸਮੱਸਿਆ ਮੇਨ ਇਸੇ ਕਰਕੇ ਜੀ, ਜਿਹੜੇ ਇਹਨਾਂ ਦੀ ਜੋ ਮੇਨ ਵਿਰੋਧੀ ਪਾਰਟੀਆਂ ਇੱਥੋਂ ਦੀਆਂ ਜਿਹੜੀਆਂ ਰਲ ਮਿਲ ਕੇ ਜਿਹੜੀਆਂ ਹੈਗੇ ਜੀ ਨਾ, ਆਪਸ 'ਚ ਮਿਲੇ ਹੁਣ, ਇਹ ਇਸ ਗੱਲ ਦਾ ਜਿਹੜਾ ਹੈਗਾ ਜੀ, ਮੈਂ ਕਹਿੰਦਾ ਵੀ ਲੈਲਾ ਮਜਨੂ ਤੋਂ ਵੱਧ ਪਿਆਰ ਹੈ ਜੀ ਇਹਨਾਂ ਦਾ, ਇੱਕ ਦੂਜੇ ਨੂੰ ਪੂਰਾ ਸਲਾਹ ਚੱਲਦੇ ਨੇ ਜੀ। ਮੈਂ ਕਹਿੰਦਾ ਇਸੇ ਕਰਕੇ ਜਿਹੜਾ ਆਮ ਆਦਮੀ ਪਾਰਟੀ ਨਾਲ ਇਸੇ ਕਰਕੇ ਨਹੀਂ ਜਿਹੜਾ ਹੈਗਾ ਇਹ ਗੱਠਜੋੜ ਹੋ ਪਾਇਆ,
ਕਿਉਂਕਿ ਰਾਜਾ ਸਾਹਿਬ ਚਾਹੁੰਦੇ ਨੇ ਕਿ ਉਰੇ ਜਿਹੜਾ ਹੈਗਾ ਸਿਰਫ ਅਸੀਂ ਦੌੜ ਲਈ ਲੜੀਏ, ਲੋਕਾਂ ਨੂੰ ਦਿਖਾਉਣ ਵਾਸਤੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਰਹੀਏ ਤੇ ਮਿਲ ਜੁਲ ਕੇ ਇੱਕ ਦੂਜੇ ਨੂੰ ਕਹੀਏ ਕੁਛ ਨਾ ਲੁੱਟਦੇ ਰਹੀਏ, ਤੇ ਤਾਂ ਹੀ ਉਹਨਾਂ ਨੇ ਜਿਹੜਾ ਹੈਗਾ ਸਮਝੌਤਾ ਨਹੀਂ ਹੋਣ ਦਿੱਤਾ ਜੀ। ਜਤਿੰਦਰ ਜੀ ਤੁਹਾਡੀ ਗੱਲ ਆ ਗਈ, ਨਹੀਂ ਹੋਣ ਦਿੰਦੇ ਜੀ। ਜੀ ਤੁਹਾਡੀ ਗੱਲ ਆ ਗਈ, ਅਸੀਂ ਇੱਥੇ ਬਿਲਕੁਲ ਠੀਕ ਇਸੇ ਤੇ ਵਾਲੀਆ ਸਾਹਿਬ ਮੈਂ ਟਿੱਪਣੀ ਕਰਨੀ ਚਾਹੂੰਗਾ। ਇਹਨਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਸਮਝੌਤਾ ਨਹੀਂ ਹੋਣ ਦਿੰਦੇ। ਆਮ ਆਦਮੀ ਪਾਰਟੀ ਦਾ ਸਮਝੌਤਾ ਹੋ ਕੇ ਕੀ ਹੋ ਜੂ, ਉਹ ਵੀ ਤਾਂ ਤੀਜੀ ਉਹ ਜਿਹੀ ਪਾਰਟੀ ਬਣ ਗਈ। ਉਹਨਾਂ ਨੇ ਮਿਸਿਸ ਦੁੱਲੋ ਨੂੰ ਇੱਕ ਦਿਨ ਪਹਿਲਾਂ ਸ਼ਾਮਿਲ ਕਰਾਇਆ, ਦੂਜੇ ਦਿਨ ਫਤਿਹਗੜ੍ਹ ਸਾਹਿਬ ਤੋਂ ਟਿਕਟ ਦੇਤਾ ਜੀ ਆਪਦੇ ਬੰਦੇ ਦੀ ਕੱਟ ਕੇ। ਬਿਲਕੁਲ, ਕੱਲ ਜਿਹੜੇ ਬੰਦੇ ਤੇ ਵਿਸ਼ਵਾਸ ਕਰਕੇ ਆਮ ਆਦਮੀ ਦੇ ਵਿਅਕਤੀ ਨੂੰ ਜਿਤਾਇਆ ਸਰਦਾਰ ਨਾਜਰ ਸਿੰਘ ਨੂੰ, ਸਰਦਾਰ ਨਾਜਰ ਸਿੰਘ ਇੱਕ ਮਿੰਟ ਨਹੀਂ ਲਾਇਆ, ਕਾਂਗਰਸ 'ਚ ਚਲੇ ਗਏ। ਕੁਛ ਹੋਰ ਬਹੁਤ ਸਾਰੇ ਹਲੇ ਬਿਲਕੁਲ ਤਿਆਰੀ 'ਚ ਬੈਠੇ ਆ ਵੀ ਕਦੋਂ ਡਾਰੀ ਮਾਰਨੀ ਆ ਅਸੀਂ ਅਕਾਲੀ ਦਲ ਵੱਲ ਜਾਂ ਕਾਂਗਰਸ ਵੱਲ। ਮਸਲਾ ਬਿਲਕੁਲ ਗੰਭੀਰ ਤੇ ਬੁਨਿਆਦੀ ਇਹ ਹੈ ਕਿ ਵੋਟਰਾਂ ਨੂੰ ਬੇਵਕੂਫ਼ ਨੇਤਾਵਾਂ ਵੱਲੋਂ ਬਣਾਇਆ ਜਾ ਰਿਹਾ। ਮੈਂ ਗੱਲ ਫਿਰ ਉੱਥੇ ਹੀ ਸ਼ੁਰੂ ਕਰਦਾ, ਕੈਂਡੀਡੇਟ ਦੇ ਕਿਰਦਾਰ ਹੀ ਬਚੇ ਆ ਜੇ ਉਹਨਾਂ ਨੂੰ ਦੇਖਣਾ, ਕੈਂਡੀਡੇਟ ਬਾਰੇ ਦੇਖਿਆ ਜਾਵੇ। ਸਾਹਿਬ ਸਵਾਲ ਇਹ ਹੈ ਕਿ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਵੋਟਰਾਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ, ਠੱਗਿਆ ਜਾ ਰਿਹਾ, ਕੀ ਵੋਟਰ ਇੰਨਾ ਮਾਸੂਮ ਹੈ ਕਿ ਵੋਟਰ ਨੂੰ ਪਤਾ ਨਹੀਂ ਕੁਛ ਚੱਲਦਾ? ਹਾਂਜੀ, ਤੁਸੀਂ ਇਹਦੇ ਵਿੱਚ ਥੋੜ੍ਹੀ ਜਿਹੀ ਇੱਕ ਗੱਲ ਹੋਰ ਸੰਧੂ ਸਾਹਿਬ ਦੀ ਗੱਲ 'ਚ ਮੈਂ ਐਡ ਕਰਨਾ ਚਾਹੁੰਦਾ ਕਿ ਜਿਹੜਾ ਵੋਟਰ ਆ ਉਹਦੇ ਕੋਲ ਬਦਲ ਨਹੀਂ ਬਚਦਾ। ਬਿਲਕੁਲ, ਕਿਉਂ ਨਹੀਂ ਬਚਦਾ ਕਿ ਦੋ ਤਿੰਨ ਵੱਡੀਆਂ ਪਾਰਟੀਆਂ ਹੀ ਪੈਸੇ ਲਾ ਸਕਦੀਆਂ, ਜਿੰਨੀ ਇਹ ਮਹਿੰਗੀ ਹੋ ਗਈ ਪ੍ਰਕਿਰਿਆ। ਉਹਦੇ ਵਿੱਚ ਆਮ ਆਦਮੀ ਜਿਹੜਾ ਬੰਦਾ ਸਹੀ ਵੀ ਹੋ ਸਕਦਾ ਉਹ ਇਲੈਕਸ਼ਨ ਕਿਵੇਂ ਲੜ ਸਕਦਾ? ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਲੈਕਸ਼ਨ ਦਾ ਖਰਚਾ ਖਰਚਾ ਇੰਨਾ ਜ਼ਿਆਦਾ ਕਿ ਉਹ ਲੜ ਨਹੀਂ ਸਕਦਾ। ਦੂਜੀ ਜਿਹੜੀ ਗੱਲ ਹੈਗੀ ਆ ਕਿ ਜਦੋਂ ਬੰਦੇ ਦਾਅਵੇ ਕਰਦੇ ਨੇ, ਵਾਅਦੇ ਕਰਦੇ ਨੇ, ਲਾਰੇ ਲਾਉਂਦੇ ਨੇ, ਤਾਂ ਇਹ ਵੀ ਪੁੱਛਣਾ ਚਾਹੀਦਾ ਕਿ ਇਹ ਜਿਹੜੀ ਤੁਸੀਂ ਵਾਅਦੇ ਦੇ ਰਹੇ ਆ ਇਹਦੇ ਲਈ ਪੈਸਾ ਤੁਸੀਂ ਮੈਨੇਜ ਕਿੱਥੋਂ ਕਰੋਗੇ? ਆਖਰ ਜੇ ਉਹੀ ਗੱਲ ਜਿਹੜਾ ਬਹੁਤ ਚੁਟਕਲਾ ਮਸ਼ਹੂਰ ਆ ਕਿ ਵੀ ਭੇਡਾਂ ਨੂੰ ਤਾਂ ਕਿਹਾ ਜਾਂਦਾ ਹੈਗਾ ਕਿ ਤੁਹਾਨੂੰ ਮਤਲਬ ਕਿ ਕੰਬਲ ਦਿੱਤੇ ਜਾਣਗੇ, ਤੇ ਲੋਕਾਂ ਨੂੰ ਕਿਹਾ ਜਾਂਦਾ ਕਿ ਤੁਹਾਨੂੰ ਭਾਈ ਭੇਡਾਂ ਮੁੰਨ ਕੇ ਕੰਬਲ ਦਿੱਤੇ ਜਾਣਗੇ, ਆਖਿਰ ਜਾਂ ਤਾਂ ਭੇਡਾਂ ਦਾ ਨੁਕਸਾਨ ਹੋਊਗਾ ਜਾਂ ਜਿਹੜੇ ਠੰਡ 'ਚ ਮਰਦੇ ਉਹਨਾਂ ਦਾ ਨੁਕਸਾਨ ਹੋਊਗਾ, ਦੋਹਾਂ ਨੂੰ ਕਿਵੇਂ ਖੁਸ਼ ਕੀਤਾ ਜਾ ਸਕਦਾ? ਇਹ ਜਿਹੜੀ ਸਥਿਤੀ ਹੈਗੀ ਹੈ ਕਿ ਆਖਿਰ ਪੈਸਾ ਆਊਗਾ ਕਿੱਥੋਂ? ਨਹੀਂ, ਮੈਂ ਜਿਹੜੀ ਅੱਜ ਦੇ ਸਵੇਰ ਦੇ ਪ੍ਰੋਗਰਾਮ 'ਚ ਇੱਕ ਮੈਂ ਚੁਟਕਲਾ ਸੁਣਾਇਆ ਸੀ ਨਾ ਵੀ ਹੁਣ ਤਾਂ ਫੁਰਸਾ ਫਿਰਦਾ ਮੈਂ ਕਿਹਦਾ ਵੋਟਰ ਇਹ ਪੁੱਛਦਾ ਫਿਰਦਾ, ਤੇ ਉਹ ਜਿਹੜਾ ਇਹ ਇਸ ਕਿਸਮ ਦੇ ਹਾਲਾਤ ਦੇ ਵਿੱਚ ਮੇਰਾ ਪੁਆਇੰਟ ਹਾਲੇ ਸ਼ਾਇਦ ਨਹੀਂ ਹੋਇਆ, ਬ੍ਰੇਕ ਦਾ ਟਾਈਮ ਵੀ ਹੋ ਰਿਹਾ, ਉਹ ਇਹ ਹੈ ਕਿ ਵੋਟਰ ਨੂੰ ਜਿਹੜਾ ਠੱਗਿਆ ਜਾ ਰਿਹਾ ਵੋਟਰ ਦੀ ਮਾਸੂਮਤਾ ਕਰਕੇ, ਵੋਟਰ ਜ਼ਿਆਦਾ ਅਵੇਅਰ ਨਹੀਂ, ਜਾਗਰੂਕ ਨਹੀਂ, ਜਾਗਰੂਕਤਾ ਅਨਪੜ੍ਹ ਵਾਲੀਆ ਸਭ ਵੱਧਦਾ ਹੈ, ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਹਾਂ, ਜਾਗਰੂਕਤਾ ਬਾਰੇ ਗੱਲ ਕਰਾਂਗੇ ਜੀ। ਮੇਰਾ ਇਹ ਖਿਆਲ ਹੈ ਕਿ ਜਿਹੜੀ ਗੱਲ ਮੈਂ ਸੰਧੂ ਸਾਹਿਬ ਨੂੰ ਪੁੱਛ ਰਿਹਾ ਸੀ ਹੁਣ ਕਿਉਂਕਿ ਬ੍ਰੇਕ ਦਾ ਟਾਈਮ ਹੋ ਗਿਆ, ਪਰ ਗੱਲ ਇਹ ਹੈ ਕਿ ਇਹ ਆਪਾਂ ਕਹੀ ਜਾਂਦੇ ਕਿ ਵੋਟਰ ਵਿਚਾਰਾ ਕੀ, ਵੋਟਰ ਵਿਚਾਰਾ ਬਣਿਆ ਕਿਉਂ ਜਦੋਂ ਕਿ ਅਧਿਕਾਰ ਉਹਦੇ ਕੋਲ ਹੈ? ਮੰਨ ਲਿਆ ਕਿ ਉਹਦੇ ਕੋਲ ਬਦਲ ਨਹੀਂ, ਨੋਟਾਂ ਦਾ ਬਦਲ ਵੀ ਹੈ, ਹੋਰ ਵੀ ਬਦਲ ਹੈ, ਘੱਟੋ ਘੱਟ ਰਿਜ਼ਲਟਮੈਂਟ ਸ਼ੋਅ ਕਰਨ ਦਾ ਬਦਲ ਹੈ, ਇਹੀ ਵੋਟਰ ਨੇ ਸਾਡੇ ਨਾਲ ਪ੍ਰੋਗਰਾਮ 'ਚ ਰਹੇ ਨੇ। ਆਹ ਦੇਖ ਲਓ ਸਾਡੇ ਪ੍ਰੋਗਰਾਮ ਸੁਣਦੇ, ਚਾਰ ਕੌਲ ਆਈਆਂ ਨੇ, ਚਾਰਾਂ ਦੇ ਵਿੱਚ ਵੋਟਰ ਜਿਹੜਾ ਹੈ ਮੈਨੂੰ ਤਾਂ ਅਲੱਗ ਅਲੱਗ ਥਾਵਾਂ ਤੋਂ ਆਈਆਂ, ਅਤੇ ਵੋਟਰ ਲੱਗ ਰਿਹਾ ਕਿ ਬਹੁਤ ਅਵੇਅਰ ਹੈ, ਅਤੇ ਇਸ ਨੂੰ ਜਦੋਂ ਵੋਟਰ ਅਵੇਅਰ ਹੋਏਗਾ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਇੱਕ ਟਾਈਮ ਆਏਗਾ ਕਿ ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਦਾ ਹੋਇਆ ਇਹ ਚੰਗੇ ਜਿਹੜੇ ਲੀਡਰ ਹੈ ਉਹਨਾਂ ਨੂੰ ਚੁਣੇਗਾ। ਜਿਵੇਂ ਮੈਂ ਸੰਧੂ ਸਾਹਿਬ, ਮੇਰਾ ਪਤਾ ਨਹੀਂ ਕਿਉਂ ਹਲੇ ਮੈਂ ਕਲੀਅਰ ਨਹੀਂ, ਹਾਲਾਂਕਿ ਬਰਾੜ ਸਾਹਿਬ ਨੇ ਗੱਲ ਕੀਤੀ ਕਿ ਉਹਨਾਂ ਕੋਲ ਬਦਲ ਕੁਛ ਨਹੀਂ, ਗੱਲ ਸਹੀ ਹੈ ਵਿਚਾਰ ਬੰਦੇ, ਇਹ ਤਾਂ ਮੈਨੂੰ ਵੀ ਇਹ ਇੱਥੋਂ ਤੱਕ ਇਹ ਅਸਰ ਨਿਕਲਿਆ ਕਿ ਇੱਕ ਫੋਨ ਕਰਕੇ ਅਕਸਰ ਪੁੱਛ ਰਹੇ ਨੇ ਇਹਨਾਂ ਦਿਨਾਂ 'ਚ ਕਿ ਦੱਸੋ ਸਾਰੇ ਇੱਕੋ ਜਿਹੇ ਨੇ ਕਿਹਨੂੰ ਪਾਈਏ, ਮਤਲਬ ਕਿ ਇਹਨਾਂ ਕੋਲ ਬਦਲ ਨਹੀਂ, ਇਹ ਗੱਲ ਤਾਂ ਇੰਨੀ ਹੈ। ਮੈਂ ਉਦੋਂ ਪਹਿਲੇ ਹੀ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜਾ ਸਾਡਾ ਵੋਟਰ ਹੈ, ਜੇ ਸੋਸ਼ਲ ਮੀਡੀਆ 'ਚ ਇੰਨਾ ਕੁਛ ਹੈ, ਸਾਡੇ ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਨੇ, ਸਿਆਣੇ ਤਾਂ ਹੋਏ, ਅਵੇਅਰ ਹੋਏ, ਕੀ ਉਹ ਉਹਨਾਂ 'ਚ ਵੱਡੀ ਗਿਣਤੀ 'ਚ ਹਾਲੇ ਵੀ ਲੋਕ ਮਾਸੂਮ ਨੇ ਜਿਹੜੇ ਨਹੀਂ ਮਤਲਬ? ਵਾਲੀਆ ਸਾਹਿਬ ਇਹ ਬਹੁਤ ਇੰਪੋਰਟੈਂਟ ਸਵਾਲ ਹੈ ਕਿ ਅਸੀਂ ਵੋਟ ਕਿਹਨੂੰ ਪਾਈਏ, ਕੋਈ ਵੋਟ ਲੈਣ ਦੇ ਯੋਗ ਨਹੀਂ, ਇਹ ਮਾਸੂਮੀਅਤ ਨਹੀਂ ਹੈ, ਇਹ ਉਹਨਾਂ ਦੀ ਚੇਤਨਾ ਹੈ। ਉਹਨਾਂ ਨੂੰ ਸੋਸ਼ਲ ਮੀਡੀਆ ਨੇ, ਉਹਨਾਂ ਨੂੰ ਅਖਬਾਰ ਨੇ, ਉਹਨਾਂ ਨੂੰ ਗੱਲਬਾਤ ਨੇ ਇੰਨਾ ਚੇਤਨ ਕਰਤਾ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਹਮਾਮ 'ਚ ਸਾਰੇ ਕਿਹੋ ਜਿਹੇ ਹੈ, ਇਸ ਕਰਕੇ ਉਹਨਾਂ ਨੂੰ ਇੰਨਾ ਜ਼ਿਆਦਾ ਕਰਨ ਕੀ ਜਦੋਂ ਸਾਰੇ ਇਹੋ ਜਿਹੇ ਹੋਣ ਫਿਰ ਕੀ ਕਰਨ? ਉਹੀ ਗੱਲ ਹੈ ਵਾਲੀਆ ਸਾਹਿਬ, ਜਦੋਂ ਸਾਰੇ ਇਸ ਕਿਸਮ ਦੇ ਹੋ ਗਏ ਤਾਂ ਇੱਕ ਆਪਸ਼ਨ ਬੜੀ ਚਲਾਕੀ ਨਾਲ ਦਿੱਤੀ ਕਿ ਨੋਟਾ ਦੱਬ ਦਿਓ। ਨੋਟਾ, ਹਾਂ, ਹੁਣ ਨੋਟਾ ਹੈ ਜਿਹੜਾ ਉਹ ਇੰਨਾ ਇਰਰੈਲੇਵੈਂਟ ਹੋ ਗਿਆ ਕਿ ਨੋਟਾ ਦੱਬ ਕੇ ਵੀ ਉਹ ਕੁਛ ਨਹੀਂ ਕਰ ਸਕਦੇ। ਇੱਕ ਫੋਨ ਕਰ ਲੈਣੀ ਹੈ, ਇਸ ਤੋਂ ਪਹਿਲਾਂ ਮੈਂ ਦੱਸਦਾ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਜੇ ਉਹਨਾਂ ਨੂੰ ਨੋਟਾ ਦਾ ਨਹੀਂ ਪਤਾ ਤਾਂ ਨੋਟਾ ਦੀ ਜਿਹੜੀ ਫੁੱਲ ਫਾਰਮ ਹੈ ਨਨ ਆਫ ਦਾ ਅਬਵ, ਕਿ ਜਿਹੜੇ ਕੈਂਡੀਡੇਟ ਖੜ੍ਹੇ ਨੇ ਇਹਨਾਂ 'ਚੋਂ ਕੋਈ ਵੀ ਮੈਨੂੰ ਪਸੰਦ ਨਹੀਂ, ਉਹਦਾ ਬਟਨ ਵੀ ਉੱਥੇ ਹੁੰਦਾ, ਤੁਸੀਂ ਆਪਦਾ ਡਾਈਸੈਂਟ ਉੱਥੇ ਨੋਟ ਕਰਾ ਸਕਦੇ ਹੋ। ਇੱਕ ਫੋਨ ਕਾਲ ਲੈ ਕੇ ਤੁਹਾਡਾ ਗੱਲ ਚਾਲੂ ਕਰਦੇ। ਹੈਲੋ, ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ ਵਾਲੀਆ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਇਹ ਪੁੱਛਣਾ ਚਾਹੁੰਦਾ ਹਾਂ ਵੀ ਤੁਸੀਂ ਕਿੱਥੋਂ ਬੋਲ ਰਹੇ ਹੋ ਜੀ, ਕੌਣ ਬੋਲ ਰਹੇ ਹੋ? ਸਰ ਮੈਂ ਇੱਥੇ ਚੰਡੀਗੜ੍ਹ ਤੋਂ ਬੋਲ ਰਿਹਾ ਜੀ। ਹਾਂਜੀ ਸਰ, ਮੈਂ ਇਹ ਪੁੱਛਣਾ ਚਾਹੁੰਦਾ ਹਾਂ ਵੀ ਜੋ ਪਿੱਛੇ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਲੀ ਹੋਈ ਜੀ ਸਰ, ਉਹਦੇ ਵਿੱਚ ਸਿਫਤ ਵੀ ਬਣਾਈ ਗਈ, ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦੀ ਬਾਅਦ ਚ ਬਦਲੀ ਵੀ ਕਰ ਦਿੱਤੀ ਗਈ। ਉਸ ਮਸਲੇ ਤੇ ਵੀ ਸਰ ਕੁਛ ਨੀ ਰਹਿਆ ਅਜੇ ਤੱਕ, ਨਾ ਤੇ ਕੈਪਟਨ ਸਾਹਿਬ ਨੇ ਕੁਛ ਕੀਤਾ। ਵੋਟਰ ਮਾਸੂਮ ਨੀ, ਵੋਟਰ ਤਾਂ ਅਵੇਅਰ ਹੈ, ਫਿਰ ਉਹ ਕੀ ਕਰੇ? ਵੋਟਰ ਬਿਲਕੁਲ ਅਵੇਅਰ ਹੈ ਜੀ, ਇਸ ਦੇ ਬਾਵਜੂਦ ਆਪਾਂ ਨੂੰ ਤਿੰਨ ਗੱਲਾਂ, ਇਹਦਾ ਮਤਲਬ ਜੇ ਵੋਟਰ ਅਵੇਅਰ ਹੈ, ਮੈਂ ਇੱਕ ਮਿੰਟ ਸਵਾਲ ਪੂਰਾ ਕਰ ਲਾ, ਜੇ ਵੋਟਰ ਅਵੇਅਰ ਹੈ ਤਾਂ ਪੈਸੇ ਨੀ ਲਊ, ਨਸ਼ੇ ਨੀ ਲਊ, ਬੋਤਲਾਂ ਨੀ ਲਊ, ਕੋਈ ਗਿਫਟ ਨਹੀਂ ਲਊ? ਤਿੰਨ ਗੱਲਾਂ ਜੀ, ਜੀ ਤਿੰਨ ਗੱਲਾਂ। ਪਹਿਲੀ ਗੱਲ ਕਿ ਜਿਹੜੇ ਪੰਛੀ ਨੇ ਉਹਨਾਂ ਨੂੰ ਫੜਨ ਲਈ ਚੋਗਾ ਪਾਇਆ ਜਾਂਦਾ, ਕਬੂਤਰ ਤਾਂ ਫਸਦੇ ਹੀ ਫਸਦੇ ਆ, ਚਿੜੀਆਂ ਤਾਂ ਫਸਦੀਆਂ ਹੀ ਫਸਦੀਆਂ, ਬਾਜ਼ਾਂ ਨੂੰ ਵੀ ਪਾਲਤੂ ਬਣਾਇਆ ਜਾਂਦਾ। ਤੇ ਬਾਜ਼ਾਂ ਨੂੰ ਪਾਲਤੂ ਕਿਵੇਂ ਬਣਾਇਆ ਜਾਂਦਾ? ਬਾਜ਼ ਵੀ ਤਾਂ ਕੜਿੱਕੀ ਚ ਆਉਂਦੇ ਆ, ਲਾਲਚ, ਨਿੱਜੀ ਲਾਲਚ, ਨਿੱਜੀ ਲਾਲਚ ਆ ਜਿਹੜਾ ਵੋਟਰ ਦੇ ਸਾਹਮਣੇ ਇਸ ਢੰਗ ਨਾਲ ਪਰੋਸਿਆ ਜਾਂਦਾ ਹੈ ਕਿ ਚਿੜੀਆਂ ਕਬੂਤਰਾਂ ਨੇ ਤਾਂ ਉਹ 'ਚ ਫਸਣਾ ਹੀ ਫਸਣਾ, ਬਾਜ਼ ਵੀ ਉਹ 'ਚ ਫਸ ਜਾਂਦੇ ਆ। ਕਿ ਪਹਿਲੀ ਗੱਲ, ਬਾਜ਼ ਕਿਵੇਂ ਫਸਦੇ ਆ ਤੇ ਚਿੜੀਆਂ ਕਿਵੇਂ ਫਸਦੀਆਂ? ਚਿੜੀਆਂ ਤਾਂ ਵਿਚਾਰੀਆਂ ਨੇ ਬੋਤਲ ਲੈ, ਸਾਡੇ ਨਾਲ ਕਾ ਲਵਾਤਾ, ਸਾਡੇ ਬਾਲਣ ਲਵਾਤਾ, ਉਹ ਤਾਂ ਇੰਨੀ ਗੱਲ 'ਚ ਫਸ ਜਾਂਦੇ। ਬਾਜ਼ ਫਸਦੇ ਆ ਪ੍ਰਚਾਰ ਮਾਧਿਅਮ ਨਾਲ, ਕਿ ਪ੍ਰਚਾਰ ਮਾਧਿਅਮ ਮਨੋਵਿਗਿਆਨਕ ਤੌਰ ਤੇ ਬੰਦੇ ਨੂੰ ਇਹ ਜਚਾ ਦਿੰਦਾ ਹੈ ਕਿ ਜਿਹੜੀ ਆਹ ਪਾਰਟੀ ਹੈਗੀ ਆ, ਇੰਨਾ ਜ਼ਿਆਦਾ ਪ੍ਰਚਾਰ ਹੁੰਦਾ ਉਹਦੇ ਗੱਲ ਦਾ ਕਿ ਉਹ ਉਹਦੇ ਵਿੱਚ ਫਸ ਜਾਂਦਾ। ਤੀਜੀ ਗੱਲ ਕਿ ਜਿਹੜੀ ਪਹਿਲੀ ਗੱਲ ਕੀਤੀ ਹੈ ਕਿ ਮਜਬੂਰੀ ਇਹ ਹੈ ਕਿ ਆਖਰ ਫਿਰ ਵੋਟ ਕਿਹਨੂੰ ਪਾਵੇ? ਜੇ ਜਾਂ ਤਾਂ ਬੰਦਾ ਘਰੋਂ ਹੀ ਨਾ ਜਾਵੇ, ਚਲਿਆ ਗਿਆ ਉੱਥੇ, ਅਸੀਂ ਕਹਿੰਦੇ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਜਾਣਾ, ਜਾਵੇ ਤਾਂ ਉੱਥੇ ਮਤਲਬ ਕਿ ਮਜ਼ਬੂਰੀ ਹੈ, ਨੋਟਾਂ ਵੀ ਦੱਬਦੇ ਤਾਂ ਵੀ ਕੁਛ ਨਹੀਂ ਹੋਣਾ ਗਾ, ਕਿਉਂਕਿ ਜਿਹੜੇ ਬੰਦੇ ਨੇ ਵੱਧ ਵੋਟ ਲੈ ਜਾਣੀ ਆ, ਪਈਆਂ ਵੋਟਾਂ 'ਚ ਉਹਨੇ ਤਾਂ ਮੈਂਬਰ ਬਣ ਹੀ ਜਾਣਾ। ਇਸ ਲਈ ਬੰਦੇ ਕੋਲ ਉਸ ਹਾਲਤ ਦੇ ਵਿੱਚ ਸਥਿਤੀ 'ਚ ਇੱਕ ਮਜ਼ਬੂਰੀ 'ਚ ਫਸਿਆ ਹੋਇਆ। ਮੈਨੂੰ ਲੱਗਦਾ ਕਿ ਇਹ ਮਜ਼ਬੂਰੀ ਠੀਕ ਆ, ਅੱਜ ਦੀ ਹਾਲਤ ਦੇ ਵਿੱਚ ਬਹੁਤ ਭੈੜੀ ਮਜ਼ਬੂਰੀ ਆ, ਪਰ ਅਖੀਰ ਇਹਨੇ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨਾ, ਲੋਕਾਂ ਨੇ ਅਖੀਰ ਇਸ ਜਾਲ ਨੂੰ ਤੋੜਨਾ, ਤਾਂ ਉਸ ਜਾਲ ਨੂੰ ਤੋੜਨ ਦੀ ਇੱਕ ਪ੍ਰਕਿਰਿਆ ਹੈਗੀ ਆ। ਇਸੇ ਲਈ ਕਹਿੰਦੇ ਹਾਂ ਕਿ ਜਿਹੜਾ ਵੀ ਵਿਅਕਤੀ ਚੰਗੇ ਕੰਮ ਕਰਦਾ, ਜਿਹੜਾ ਜਿਸ ਕੰਮ ਲਈ ਚੁਣਿਆ ਜਾਂਦਾ, ਉਹ ਵਿਧਾਨ ਸਭਾ ਜਾਂ ਲੋਕ ਸਭਾ 'ਚ ਬੋਲਦਾ, ਸਵਾਲ ਪੁੱਛਦਾ, ਮੁੱਦੇ ਉਠਾਉਂਦਾ, ਲੋਕਾਂ ਦੇ ਕੰਮਾਂ 'ਚ ਜਾਂਦਾ, ਅਤੇ ਉਹਦੀ ਜਾਇਦਾਦ ਗੈਰ ਅਨੁਪਾਤਕ ਤੌਰ 'ਤੇ ਨਹੀਂ ਵੱਧਦੀ, ਤਾਂ ਮੁਕਾਬਲ ਤਨ ਮਾੜਿਆਂ ਦੇ ਵਿੱਚੋਂ ਅਸੀਂ ਚੰਗਾ ਚੁਣ ਸਕਦੇ ਹਾਂ ਜੀ? ਮੁਕਾਬਲ ਤਾਂ ਇਹ ਹੋ ਇਹੀ ਹੈ ਸਾਡੇ ਕੋਲ, ਸਥਿਤੀ ਮੁਕਾਬਲ ਤਨ ਬੜੀ ਬਣ ਗਈ, ਹੋਰ ਤਾਂ ਗਈ ਨਹੀਂ। ਰੈਲੇਵੈਂਟ ਇੱਕ ਫੋਨ ਕਾਲ, ਹੈਲੋ ਛੱਡਿਆ ਹੋਇਆ, ਕਈ ਪਾਰਟੀਆਂ ਤਾਂ ਮੈਨੀਫੈਸਟੋ ਲੈ ਕੇ ਵੀ ਨਹੀਂ ਆਉਂਦੀਆਂ ਕਿ ਉਹਦੀ ਕੋਈ ਰੈਲੇਵੈਂਸੀ ਨਹੀਂ ਹੈ, ਕੀ ਇਹ ਜ਼ਰੂਰੀ ਨਹੀਂ ਹੋਣਾ ਚਾਹੀਦਾ? ਵਾਲੀਆ ਸਾਹਿਬ, ਇਹ ਜਿਵੇਂ ਡਿਮਾਂਡ ਪਿਛਲੇ ਦਿਨਾਂ ਤੋਂ ਉੱਠ ਰਹੀ ਹੈ ਕਿ ਲੀਗਲੀ ਬੌਂਡ ਹੋਣਾ ਚਾਹੀਦਾ, ਲੀਗਲੀ ਬੌਂਡ ਕਿਹਨੇ ਕਰਨਾ? ਉਹ ਇਹਨਾਂ ਨੇ ਕਰਨਾ ਜਿਹਨਾਂ ਨੂੰ ਚੁਣ ਕੇ ਭੇਜ ਰਹੇ ਆ। ਜਿਵੇਂ ਇਹਨਾਂ ਨੇ ਨੋਟਾਂ ਬਾਰੇ ਜਦੋਂ ਚਰਚਾ ਸ਼ੁਰੂ ਹੋਈ ਸੀ ਵਿਦਵਾਨਾਂ ਦੀ, ਇਹ ਮੰਨਿਆ ਜਾਂਦਾ ਸੀ ਕਿ ਜੇ 50% ਤੋਂ ਉੱਪਰ ਟੱਪ ਜਾਂਦਾ ਤਾਂ ਉਹ ਅਸੀਂ ਇਲੈਕਸ਼ਨ ਨੂੰ ਉਸ ਸੀਟ ਤੇ ਨੂੰ ਰੱਦ ਕਰ ਦਿਆਂਗੇ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਜਦੋਂ ਨਹੀਂ ਨਹੀਂ ਜਦੋਂ ਚਰਚਾ ਹੋਈ ਹੈ, ਜਦੋਂ ਬਿੱਲ ਬਣ ਕੇ ਆਇਆ, ਇਹੋ ਜਿਹੀਆਂ ਚੀਜ਼ਾਂ ਵਿੱਚ ਨਹੀਂ ਸੀਗੀਆਂ। ਮਤਲਬ ਇਹ ਹੈ ਕਿ ਸਾਰੇ ਉਹ ਦੰਦ ਕਾਨੂੰਨ ਦੇ ਕੱਢ ਦਿੱਤੇ ਜਾਂਦੇ ਆ ਜਿਹੜੇ ਕਿਤੇ ਵੀ ਕਿਸੇ ਉਮੀਦਵਾਰ ਦੇ ਰਾਹ 'ਚ ਰੋੜਾ ਬਣਨ। ਹੁਣ ਮੈਨੀਫੈਸਟੋ ਨੂੰ ਕਿਹਨੇ ਬਣਾਉਣਾ, ਕਿਹਨੇ ਰਾਹ 'ਚ ਰੋੜਾ ਬਣਾਉਣਾ ਆਪਣੇ ਆਪ 'ਚ? ਹੁਣ ਦਿੱਕਤ ਇਹ ਆ ਰਹੀ ਹੈ ਕਿ ਇੰਨਾ ਕੁ ਜ਼ਰੂਰ ਫਰਕ ਪਿਆ, ਜਿਹਦੇ ਕਰਕੇ ਅਸੀਂ ਵਾਰ ਵਾਰ ਕਹਿ ਰਹੇ ਹਾਂ ਕਿ ਵੋਟਰ ਇਹ ਪੁੱਛ ਰਿਹਾ ਅੱਗੇ ਜਿਹੜਾ ਜਿਹਦਾ ਜੀ ਕਰਦਾ ਸੀ, ਜਿੱਧਰ ਜੀ ਕਰਦਾ ਸੀ, ਚਿੱਟਿਆਂ 'ਚ ਚਲਿਆ ਜਾਂਦਾ, ਨੀਲਿਆਂ 'ਚ ਚਲਿਆ ਜਾਂਦਾ, ਪੀਲਿਆਂ 'ਚ ਚਲਿਆ ਜਾਂਦਾ, ਟੋਪੀ ਵਾਲਿਆਂ 'ਚ ਚਲਿਆ ਜਾਂਦਾ, ਕੋਈ ਨਹੀਂ ਪੁੱਛਦਾ ਸੀ। ਜੀ ਜੀ, ਹੁਣ ਬੰਦਿਆਂ ਨੂੰ ਖੜੇ ਕਰ ਕਰਕੇ ਉਹਨਾਂ ਦੀ ਪੱਗ ਉਤਾਰਨ ਤੱਕ ਜਾਂਦੇ ਆ, ਪਿੰਡ 'ਚ ਜਦੋਂ ਬੈਠਦੇ ਆ ਸਾਰਾ ਪਿੰਡ ਪੱਤਰਕਾਰ ਹੈ, ਹਰੇਕ ਬੰਦਾ ਲਾਈਵ ਹੋ ਜਾਂਦਾ, ਉਹ ਲਾਈਵ ਹੋ ਜਾਂਦਾ। ਉਹਦੇ ਨਾਲ ਵਾਲੀਆ ਸਭ ਇਹ ਹੈ ਕਿ ਹੁਣ ਹਾਲਾਤ ਇਹ ਬਣਦੇ ਜਾਂਦੇ ਆ, ਹਲੇ ਲੋਕ ਅਗਰੈਸਿਵਲੀ ਪੁੱਛ ਰਹੇ ਆ, ਉਹ ਦਿਨ ਦੂਰ ਨਹੀਂ ਜਦੋਂ ਪਿੰਡ 'ਚ ਵਰਨਸਾਰ ਜੁੱਤੀਆਂ ਪਿਆ ਕਰਨਗੀਆਂ। ਮੈਂ ਬੰਦੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਲਗਾਤਾਰ ਉਹ ਸੋਸ਼ਲ ਮੀਡੀਆ 'ਤੇ ਪ੍ਰਚਾਰ ਕਰ ਰਿਹਾ ਕਿ ਇਹਨਾਂ ਦੀ ਪੱਗ ਲਾ ਦਿਓ ਤੁਸੀਂ ਜੀ, ਇਸ ਕਿਸਮ ਦੇ ਹਾਲਾਤ ਬਣਾਈ ਜਾਂਦੇ। ਉਹ ਤਾਂ ਸਾਡੇ ਸਟੂਡੀਓ 'ਚ ਇੱਕ ਬਾਹਰ ਕਹਿੰਦਾ ਜੋ ਯੂਕਰੇਨ 'ਚ ਹੋਇਆ, ਯੂਕਰੇਨ 'ਚ, ਉਹ ਮੈਂ ਹਾਲਾਂਕਿ ਨਹੀਂ ਦੱਸਦਾ, ਪਰ ਜੋ ਕੁਛ ਯੂਕਰੇਨ 'ਚ ਹੋਇਆ, ਵਾਲੀਆ ਸਾਹਿਬ ਇਹੀ ਚੀਜ਼ਾਂ ਗ੍ਰਹਿ ਯੁੱਧ ਵੱਲ ਨੂੰ ਵਧਾਉਂਦੀਆਂ ਜੀ, ਅਨਾਰਕੀ ਦੀ ਸਿਚੁਏਸ਼ਨ ਇਹੋ ਜਿਹੀ ਚੀਜ਼ ਪੈਦਾ ਹੁੰਦੀ ਹੈ। ਇੱਕ ਫੋਨ ਕਾਲ ਲੈ ਕੇ ਵਿਰਾਟ ਸਾਹਿਬ ਦੇ ਇੱਕ ਨੁਕਤਾ ਨੇ ਕੋਲ ਉਹ ਗੱਲ ਕਰਦੇ ਆ। ਹੈਲੋ ਵਾਲੀਆ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਲੀਆ ਸਾਹਿਬ, ਮੈਂ ਸੁਬੇਦਾਰ ਸੁੰਦਰ ਸਿੰਘ ਬੋਲ ਰਿਹਾ, ਲੇਹ ਤੋਂ। ਹਾਂਜੀ ਹਾਂਜੀ ਸੁਬੇਦਾਰ ਸਾਹਿਬ। ਅੱਛਾ ਵਾਲੀਆ ਸਾਹਿਬ, ਅੱਜ ਜਿਹੜਾ ਤੁਹਾਡਾ ਕੁਐਸਚਨ ਬਹੁਤ ਵਧੀਆ ਹੈ ਜੀ। ਮੈਂ ਵੀ ਇਹਦੇ 'ਤੇ, ਦੇਖੋ ਮੇਰਾ ਪਿੰਡ ਹੈ ਜਗਾ ਰਾਮ ਤੀਰਥ, ਜਿੱਥੋਂ ਦੀ ਹੈ
ਬਲਜਿੰਦਰ ਕੌਰ ਐਮ ਐਲ ਏ ਆਮ ਆਦਮੀ ਪਾਰਟੀ ਜੀ ਜੀ ਦੇਖੋ ਆਪਾਂ ਵੀ ਉਹਨਾਂ ਨੂੰ ਜਿਤਾਇਆ ਪਰ ਉਹ ਹੁਣ ਵੋਟਰ ਨੇ ਤਾਂ ਵੋਟ ਪਾਉਣੀ ਹੈ ਜੀ ਕਿਸੇ ਪਾਸੇ ਇੱਕ ਪਾਸੇ ਆਪਾਂ ਪ੍ਰਚਾਰ ਕਰ ਰਹੇ ਹਾਂ ਕਿ ਵੋਟ ਵੱਧ ਤੋਂ ਵੱਧ ਪਾਓ ਬਿਲਕੁਲ ਵੋਟ ਪਾਓ ਪਰ ਵੋਟ ਹੁਣ ਪਾਈਏ ਕਿਹਨੂੰ ਉਹਨਾਂ ਨੂੰ ਅਸੀਂ ਜਿਤਾਇਆ ਉੱਥੇ ਉਹ ਕੰਮ ਨੀ ਕਰ ਸਕਦੇ ਉੱਥੇ ਹਲਕਾ ਇੰਚਾਰਜ ਲਾਤਾ ਜੀ ਜੀ ਅਸਲ ਦੇ ਵਿੱਚ ਇਹ ਕਿ ਜਿਹੜੇ ਨੈਤਿਕਤਾ ਦੇ ਮਿਆਰ ਆ ਕਿ ਇੱਕ ਪਾਰਟੀ ਤੋਂ ਦੂਜੀ ਪਾਰਟੀ ਜਦੋਂ ਬੰਦਾ ਜਾਂਦਾ ਤੇ ਜੇ ਮਤਲਬ ਕਿ ਉਹਦੇ ਕੋਲੇ ਕੋਈ ਵੱਡਾ ਸਿਧਾਂਤਕ ਆਧਾਰ ਨਹੀਂ ਜਿਵੇਂ ਨਾਜਰ ਸਿੰਘ ਮਾਨਸ਼ਾਹੀਆ ਕੋਲ ਨਹੀਂ ਆ ਤਾਂ ਲਾਜ਼ਮੀ ਤੌਰ ਤੇ ਲੋਕਾਂ ਨੂੰ ਪੁੱਛਣਾ ਚਾਹੀਦਾ ਕਿ ਭਾਈ ਤੂੰ ਇਹ ਕਰਤੂਤ ਕਿਉਂ ਕੀਤੀ ਇਸੇ ਤਰ੍ਹਾਂ ਹੀ ਜੇ ਕੋਈ ਬੰਦਾ ਮਤਲਬ ਕਿ ਵਿਧਾਨ ਸਭਾ ਲਈ ਲੋਕ ਸਭਾ ਲਈ ਚੁਣਿਆ ਜਾਂਦਾ ਅਤੇ ਬਾਅਦ 'ਚ ਵਿਧਾਨ ਸਭਾ ਦੀਆਂ ਇਲੈਕਸ਼ਨ ਲੜਦਾ ਜਾਂ ਵਿਧਾਨ ਸਭਾ ਲਈ ਚੁਣਿਆ ਜਾਂਦਾ ਤਾਂ ਲੋਕ ਸਭਾ ਦੀਆਂ ਇਲੈਕਸ਼ਨ ਲੜਦਾ ਤਾਂ ਲੋਕਾਂ ਨੂੰ ਪੁੱਛਣਾ ਚਾਹੀਦਾ ਕਿ ਤੂੰ ਸਾਡੇ 'ਤੇ ਜ਼ਿਮਨੀ ਚੋਣਾਂ ਦਾ ਭਾਰ ਕਿਉਂ ਪਾ ਰਹੇ ਹੈ ਬਿਲਕੁਲ ਉਹਨੂੰ ਪੁੱਛਣਾ ਚਾਹੀਦਾ ਉਲਟਾ ਪਾਰਟੀ ਦੇ ਬੰਦਿਆਂ ਨੂੰ ਵੀ ਪੁੱਛਣਾ ਚਾਹੀਦਾ ਪਾਰਟੀ ਦੇ ਬੰਦਿਆਂ ਨੂੰ ਉਹਨੂੰ ਵਰਨ ਨਹੀਂ ਦੇਣਾ ਚਾਹੀਦਾ ਪਾਉਣਾ ਚਾਹੀਦਾ ਜ਼ਿਮਨੀ ਚੋਣ ਦਾ ਕੈਂਡੀਡੇਟ ਤੇ ਇਹ ਵੀ ਹੋ ਸਕਦਾ ਜਿਹੜਾ ਕੈਂਡੀਡੇਟ ਅੱਧ ਵਿਚਕਾਰ ਪਾਰਟੀ ਬਦਲਦਾ ਉਸ ਚੋਣਾਂ ਦਾ ਖਰਚਾ ਕਿਉਂਕਿ ਉਹ ਪਬਲਿਕ ਮਨੀ ਹੈ ਜਿਹਦੇ ਨਾਲ ਉਹ ਇਲੈਕਸ਼ਨ ਲੜੀ ਗਈ ਹੈ ਇਸ ਕਿਸਮ ਦਾ ਖਰਚਾ ਉਸ ਕੈਂਡੀਡੇਟ ਤੇ ਪਵੇ ਤਾਂ ਕਿ 10 ਵਾਰੀ ਸੋਚੇ ਦੂਜੀ ਗੱਲ ਜਿੱਥੋਂ ਤੱਕ ਗੱਲ ਕਈ ਕਾਲਰ ਕਰ ਰਹੇ ਹੈ ਕਿ ਲੀਗਲ ਬੌਂਡ ਹੋਣਾ ਚਾਹੀਦਾ ਮੈਨੀਫੈਸਟੋ ਇਹ ਗੱਲ ਵੀ ਲੀਗਲ ਬੌਂਡ ਹੋਣੀ ਚਾਹੀਦੀ ਹੈ ਕਿ 5 ਸਾਲ ਲਈ ਜਿਸ ਪਾਰਟੀ ਤੋਂ ਤੂੰ ਚੁਣਿਆ ਗਿਆ ਜਿਹਨਾਂ ਮੁੱਦਿਆਂ ਤੇ ਤੂੰ ਚੁਣਿਆ ਗਿਆ ਜਿਹਨਾਂ ਨੂੰ ਛੱਡ ਕੇ ਦੂਜੀ ਪਾਰਟੀ 'ਚ ਜਾਏਗਾ ਤਾਂ ਤੇਰੀ ਕੈਂਡੀਡੇਚਰ ਰੱਦ ਹੋਊਗੀ ਅਤੇ ਘੱਟੋ ਘੱਟ ਆਉਣ ਵਾਲੀਆਂ 3 ਇਲੈਕਸ਼ਨ ਨਹੀਂ ਲੜ ਸਕੇਗਾ ਇੱਥੇ ਸਾਰੀ ਉਮਰ ਬੰਦਾ ਐਮ ਪੀ ਰਹਿੰਦਾ ਅਕਾਲੀ ਦਲ ਤੋਂ ਦੋ ਤਿੰਨ ਗੱਲਾਂ ਰਾਤ ਨੂੰ ਮਤਲਬ ਸ਼ਿਫਟ ਹੋ ਜਾਂਦਾ ਕਾਂਗਰਸ 'ਚ ਉਹ ਅਕਾਲੀ ਦਲ ਦੋ ਗੱਲਾਂ ਜੀ ਕੱਲ੍ਹ ਮੈਨੂੰ ਯਾਦ ਨਹੀਂ ਇੱਕ ਪ੍ਰੋਗਰਾਮ ਤੋਂ ਬਾਅਦ ਇਹੀ ਗੱਲ ਨਾ ਮੈਨੂੰ 4 ਪੁਆਇੰਟ ਦਿੱਤੇ ਉਹਨਾਂ 'ਚ 2 ਪੁਆਇੰਟ ਬੜੇ ਜੈਨੂਅਨ ਸੀ ਕਿਸੇ ਕਾਲਰ ਨੇ ਉਹ ਕਹਿੰਦੇ ਕਿ ਜਦੋਂ ਵੀ ਬੰਦਾ ਕੋਈ ਪਾਰਟੀ ਬਦਲਦਾ ਘੱਟੋ ਘੱਟ 2 ਸਾਲ 'ਤੇ ਉੱਥੇ ਜਿਹੜਾ ਬੈਨ ਲੱਗ ਜਾਏ ਇਲੈਕਸ਼ਨ ਦਾ ਇਹ ਨਹੀਂ ਕਿ ਅੱਜ ਪਾਰਟੀ ਬਦਲੀ ਕੱਲ੍ਹ ਨੂੰ ਉਹਨੂੰ ਟਿਕਟ ਦੇ ਦਿਉ ਦੂਜੀ ਗੱਲ ਅਸੀਂ ਬਹੁਤ ਚਿਰ ਦੀ ਡਿਮਾਂਡ ਕਰਦੇ ਆ ਰਹੇ ਹਾਂ ਕਿ ਜੇ ਕੋਈ ਬਿਊਰੋਕਰੇਟ ਆਉਂਦਾ ਕੋਈ ਆਪਦੀ ਸਰਵਿਸ 'ਚੋਂ ਆਉਂਦਾ ਅਤੇ ਹੁਣ ਦਰਬਾਰਾ ਸਿੰਘ ਗੁਰੂ ਆ ਗਿਆ ਹੁਣ ਤਾਂ ਕਾਫੀ ਸਾਲ ਹੋ ਗਏ ਲੇਕਿਨ ਆਉਣ ਸਾਰ ਉਹਨੂੰ ਟਿਕਟ ਜਿਹੜੀ ਹੈ ਨਹੀਂ ਦੇਣੀ ਚਾਹੀਦੀ ਇੱਕ ਫੋਨ ਕਾਲ ਉਦੋਂ ਬਾਅਦ ਮੈਂ ਗੱਲ ਕਰਦਾ ਹੈਲੋ ਹੈਲੋ ਹਾਂਜੀ ਹਾਂਜੀ ਮੈਂ ਬੁਢਲਾਡੇ ਤੋਂ ਇੱਕ ਰਿਟਾਇਰਡ ਟੀਚਰ ਬੋਲਦੀ ਹਾਂ ਜੀ ਹਾਂਜੀ ਮੈਂ ਤੁਹਾਡੇ ਸਾਰੇ ਪ੍ਰੋਗਰਾਮ ਦੇਖਦੀ ਹਾਂ ਤੁਹਾਡੇ ਵੀ ਹੋਰ ਚੈਨਲ ਤੇ ਵੀ ਬਹਿਸ ਤੇ ਤੇ ਵੀ ਜਿਹੜਾ ਤੁਸੀਂ ਅੱਜ ਮੁੱਦਾ ਚੁੱਕਿਆ ਵੋਟਰ ਕੀ ਕਰੇ ਉਹ ਵਾਕਈ ਬਹੁਤ ਵਧੀਆ ਮੁੱਦਾ ਹੈ ਜੀ ਬਿਲਕੁਲ ਇਹ ਠੀਕ ਹੈ ਤੇ ਇੱਕ ਵਾਰੀ ਬੰਦਾ ਦੇਖੋ ਬੁਲਾਰ ਇੱਕ ਮੈਂ ਸੁਣ ਕੇ ਬੜਾ ਦੁੱਖ ਹੁੰਦਾ ਹੈ ਅਕਾਲੀ ਸਾਹਿਬ ਨੇ ਪਾਰਟੀ ਛੱਡੀ ਹੈ ਠੀਕ ਹੈ ਬੁਲਾਰੇ ਸੀਗੇ ਠੀਕ ਹੈ ਉਹ ਜਦੋਂ ਕਹਿੰਦੇ ਹੁੰਦੇ ਜਿਹਦੇ ਜਿਹਦਾ ਖਾਵਾਂ ਉਸੇ ਦੇ ਗੁਣ ਗਾਵਾਂ ਜਦੋਂ ਉਹ ਕਾਂਗਰਸ ਦੇ ਬੁਲਾਰੇ ਸੀ ਤਾਂ ਉਹ ਕਾਂਗਰਸ ਦੇ ਗੁਣ ਗਾਉਂਦੇ ਸੀ ਤੇ ਹੁਣ ਉਹ ਅਕਾਲੀਆਂ 'ਚ ਆ ਗਏ ਉਹਨਾਂ ਦੇ ਗੁਣ ਗਾਉਣ ਲੱਗ ਗਏ ਤੇ ਫਿਰ ਵੋਟਰ ਉਹੀ ਗੱਲ ਆ ਵੀ ਵੋਟਰ ਕਿਹਨੂੰ ਵੋਟ ਪਾਵੇ ਬਿਲਕੁਲ ਬਿਲਕੁਲ ਹੀ ਠੱਗਿਆ ਮਹਿਸੂਸ ਇਹ ਮੇਰੀ ਇੱਕ ਗੱਲ ਹੋਰ ਸੁਣੋ ਵੀ ਇਹ ਹੋਣਾ ਚਾਹੀਦਾ ਹੈ ਵੀ ਬੈਨ ਲੱਗੇ ਵੀ ਪਾਰਟੀ ਛੱਡ ਕੇ ਉਹ ਨਾਲ ਦੀ ਨਾਲ ਦੂਜੀ ਪਾਰਟੀ 'ਚ ਨਾ ਖੜਾ ਹੋਵੇ ਉੱਠਣਾ ਚਾਹੀਦਾ ਵੀ ਉਹਦਾ ਜਿਹੜਾ 2 ਸਾਲਾਂ ਬਾਅਦ ਹੀ ਸਾਲ ਬਾਅਦ ਹੀ ਪਾਰਟੀ ਛੱਡ ਕੇ ਘੱਟੋ ਘੱਟ ਮਤਲਬ ਕਿ 2 ਸਾਲ ਉਹਦਾ ਠੰਡਾ ਹੋਣ ਦਾ ਪੀਰੀਅਡ ਹੋਣਾ ਚਾਹੀਦਾ ਕਿ 2 ਸਾਲਾਂ ਬਾਅਦ ਇਲੈਕਸ਼ਨ ਲੜ ਸਕੇ ਇੱਕ ਪਾਰਟੀ ਤੋਂ ਬਾਅਦ ਦੂਜੀ ਪਾਰਟੀ ਬਦਲੇ ਤਾਂ ਇਹ ਪਾਰਟੀਆਂ ਨੂੰ ਸਵੈ ਬੰਧਨ ਲਾਉਣਾ ਚਾਹੀਦਾ ਕਿ ਕਮ ਸੇ ਕਮ ਉਹਨਾਂ ਨੂੰ 2 ਸਾਲ ਤੱਕ ਕੋਈ ਪਾਰਟੀ ਟਿਕਟ ਨਹੀਂ ਮਿਲੂਗੀ ਤਾਂ ਕਿ ਬੰਦੇ ਰਾਤੇ ਰਾਤ ਨਾ ਬਦਲੇ ਪਰ ਜਿਹੜੇ ਇਹਨਾਂ ਦੇ ਜਿਹੜੇ ਬੁਲਾਡੇ ਦੇ ਕਾਲਰ ਬੋਲ ਰਹੇ ਸੀ ਹੁਣ ਰਿਟਾਇਰ ਟੀਚਰ ਇਹਨਾਂ ਦਾ ਇੱਕ ਪੁਆਇੰਟ ਬੜਾ ਜੈਨੂਨ ਹੈ ਗੁਰਵਿੰਦਰ ਸਿੰਘ ਬਾਲੀ ਅੱਜ ਉਹ ਕਾਂਗਰਸ ਦੀ ਗੱਲ ਕਰ ਰਿਹਾ ਤੇ ਅਕਾਲੀਆਂ ਨੂੰ ਨਿੰਦ ਰਿਹਾ ਤੇ ਜੇ ਉਹਨੂੰ ਟਿਕਟ ਨਹੀਂ ਮਿਲੀ ਮਨੀਸ਼ ਤਿਵਾੜੀ ਉੱਤੋਂ ਆ ਗਿਆ ਤੇ ਉਹ ਪਾਰਟੀ ਬਦਲ ਕੇ ਹੁਣ ਅਕਾਲੀ ਇੰਦਰ ਪਾਰਟੀ ਡੈਮੋਕ੍ਰੇਸੀ ਨਾ ਹੋਣ ਕਰਕੇ ਹਾਲਾਤ ਇਹ ਬਣੇ ਹੋਏ ਆ ਉਹਨਾਂ ਨੂੰ ਪਤਾ ਹੈ ਸਾਡੇ ਜਿਹੜੇ ਉਮੀਦਵਾਰ ਚੁਣੇ ਜਾਂਦੇ ਆ ਉਹਨਾਂ ਦੀ ਨੋਮੀਨੇਸ਼ਨ ਹੁੰਦੀ ਹੈ ਜਿਹੋ ਜਿਹਾ ਮਰਜ਼ੀ ਹੋਵੇ ਜੇ ਇੰਨਰ ਪਾਰਟੀ ਕਾਡਰ ਬੇਸਡ ਉਹਦੀ ਸਿਲੈਕਸ਼ਨ ਹੋਵੇ ਤਾਂ ਬੰਦੇ ਕਹਿੰਦੇ ਆ ਕਿ ਸਾਡੇ ਹਲਕੇ ਦਾ ਬੰਦਾ ਇਹਨੇ ਆਹ
ਕੰਮ ਕਰੇ ਹੈ, ਇਸ ਨੂੰ ਅਸੀਂ ਤਾਂ ਚੁਣਨਾ। ਹੁਣ ਹਾਲਾਤ ਕੀ ਬਣੇ ਹੋਏ ਹੈ, ਬਿਲਕੁਲ ਬਰਾੜ ਸਾਹਿਬ ਨੇ ਜਿੱਧਰ ਇਸ਼ਾਰਾ ਕੀਤਾ ਸੀ, ਜਿਹੜੇ ਇੱਥੋਂ ਦੇ ਕੈਂਡੀਡੇਟ ਹੈ ਹੰਸ ਰਾਜ ਹੰਸ ਹੋਣੀ ਦਿੱਲੀ ਸ਼ਿਫਟ ਕਰਤੇ, ਦਿੱਲੀ ਤੋਂ ਇੱਥੇ ਲੈ ਆਉਂਦੇ, ਇੱਕ ਸੀਟ ਤੋਂ ਕੋਈ ਅੰਮ੍ਰਿਤਸਰ ਦਾ ਬੰਦਾ ਫਰੀਦਕੋਟ ਲੈ ਆਉਂਦਾ, ਕੋਈ ਕਿਤੋਂ ਦਾ ਕਿਤੇ ਭੇਜਤਾ। ਮਤਲਬ ਇਹ ਹੈ ਕਿ ਜੇ ਇੱਕ ਥਾਂ ਦੇ ਕੈਂਡੀਡੇਟ ਤੋਂ ਲੋਕ ਪਰੇਸ਼ਾਨ ਹੋ ਜਾਂਦੇ ਆ, ਪਾਰਟੀਆਂ ਥੋੜ੍ਹੀ ਜਿਹੀ ਐਡਜਸਟਮੈਂਟ ਕਰਕੇ ਅੱਗਾ ਪਿੱਛਾ ਕਰ ਲੈਂਦੀਆਂ। ਹੁਣ ਤਾਂ ਇਹ ਹੋ ਗਿਆ ਕਿ ਜਿਵੇਂ ਰੇਸ 'ਚ ਘੋੜੇ ਭਜਾਏ ਜਾਂਦੇ ਆ ਕਿ ਫਲਾਂ ਘੋੜਾ ਇਸ ਵਾਰੀ ਫਲਾਨੇ ਵੱਲੋਂ ਭੱਜੂਗਾ, ਅਗਲੇ ਵਾਰੀ ਫਲਾਨੇ ਵੱਲੋਂ ਭਜਾ ਦਿਆਂਗੇ, ਖੋਟੇ ਬਦਲੇ ਜਾਂਦੇ। ਬਿਲਕੁਲ, ਇਸ ਕਰਕੇ ਹੁਣ ਜਿਹੜੀ ਇਹ ਅੱਜ ਦਾ ਮੁੱਦਾ ਹੈ ਕਿ ਵੋਟਰ ਕੀ ਕਰੇ, ਕਮ ਸੇ ਕਮ ਵੋਟਰ ਇਹ ਤਾਂ ਸੋਚ ਲਏ ਕਿ ਜਿਹਨੂੰ ਮੈਂ ਵੋਟ ਪਾਉਣਾ ਉਹਨੇ 15 ਸਾਲਾਂ 'ਚ 20 ਸਾਲਾਂ 'ਚ ਸੋਸ਼ਲ ਵਰਕ ਕੋਈ ਕਰਿਆ। ਅੱਜ ਜਿਹੜਾ ਪਿਛਲੀ ਟਰਮ ਦੇ ਵਿੱਚ ਜੇ ਉਹ ਜਿੱਤਿਆ ਹੋਇਆ ਦੂਰੀ ਵਾਰ ਖੜਾ ਹੋ ਰਿਹਾ, ਪਿਛਲੀ ਟਰਮ ਦੇ ਵਿੱਚ ਉਹਨੇ ਪੰਜਾਬ ਦੇ ਕਿਹੜੇ ਮੁੱਦਿਆਂ ਨੂੰ ਕਿੰਨੀ ਪੁਖਤਗੀ ਨਾਲ ਉਠਾਇਆ। ਤੀਸਰੀ ਗੱਲ ਕਿ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਇਹ ਬੰਦਾ ਕਿਸੇ ਹੋਰ ਬੰਦੇ ਲਈ ਸਿਰਫ ਇੱਕ ਅਡੀਸ਼ਨਲ ਸੀਟ ਲੈ ਕੇ ਜਾਊਗਾ, ਜਾਂ ਇਹ ਤੁਹਾਡੇ ਆਪਦੇ ਮਸਲਿਆਂ ਦੀ ਵੀ ਗੱਲ ਕਰੂਗਾ? ਸਾਡੇ ਕੋਲ ਕੁੱਲ ਮਿਲਾ ਕੇ ਰਾਜ ਸਭਾ ਅਤੇ ਲੋਕ ਸਭਾ ਦੇ ਵਿੱਚ 20 MP ਹੈ ਜਿਹੜੇ ਨੂੰ ਅਸੀਂ ਭੇਜਦੇ ਹਾਂ। ਕੀ ਤੁਹਾਨੂੰ ਲੱਗਦਾ ਜਿਹੜਾ ਤੁਹਾਡਾ MP ਤੁਸੀਂ ਚੁਣ ਕੇ ਭੇਜ ਰਹੇ ਹੋ ਉਹ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਦੇ ਵਿੱਚ ਠੀਕ ਤਰੀਕੇ ਨਾਲ ਉੱਥੇ ਜਾ ਕੇ ਆਪਣੀ ਗੱਲ ਵੀ ਕਰ ਸਕਦਾ ਹੈ ਕਿ ਇਕੱਲੀ ਭੋਡੀ ਗਊ ਬਣ ਕੇ ਸਸਤੇ ਰੇਟ ਦਾ ਉੱਥੇ ਜਿਹੜੀ ਪਾਰਲੀਮੈਂਟ ਦੀ ਕੰਟੀਨ 'ਚੋਂ ਪਨੀਰ ਖਾ ਕੇ ਮੁੜਿਆਊਗਾ? ਜੇ ਇਸ ਕਿਸਮ ਦੇ ਕੈਂਡੀਡੇਟ ਭੇਜਣੇ ਹੈ, ਇਹਦਾ ਮਤਲਬ ਇਹ ਹੋਇਆ ਕਿ ਸਾਡੀਆਂ ਪਾਰਟੀਆਂ ਬਾਅਦ ਦੇ ਵਿੱਚ ਰੌਲਾ ਪਾਉਂਦੀਆਂ, ਪੰਜਾਬ ਨਾਲ ਧੱਕਾ ਹੋਇਆ, ਧੱਕਾ ਉਹ ਖੁਦ ਨਾਲੇ ਲੋਕਾਂ ਨਾਲ ਕਰ ਰਹੀਆਂ, ਨਾਲੇ ਪੰਜਾਬ ਨਾਲ ਕਰ ਰਹੀਆਂ। ਇਹਦੇ 'ਚ ਇੱਕ ਗੱਲ ਹੋਰ ਵੀ ਹੈ ਜਿਹੜੀ ਆਪਾਂ ਨਹੀਂ ਕੀਤੀ, ਆਪਾਂ ਪੈਸਾ ਤਾਂ ਦੇਖੀਏ, ਉਹਦਾ ਇਕੱਲਾ ਪੈਸਾ ਕਿਉਂ ਦੇਖੇ, ਉਹਦੇ ਇੱਕ ਜਿਹੜੀ ਹੁਣ ਅਪਰਾਧਕ ਜਿਹੜਾ ਪਿਛੋਕੜ ਹੈ, ਨਹੀਂ ਉਹਦਾ ਜੀਵਨ ਕਰਦਾ ਵੇਖਣਾ ਚਾਹੀਦਾ, ਅਪਰਾਧਕ ਉਹਦੇ ਵਿਚਾਰ ਕੀ ਨੇ, ਉਹ ਮਤਲਬ ਕਿ ਧੀਆਂ ਭੈਣਾਂ ਦੀ ਇੱਜ਼ਤ ਬਾਰੇ ਕੀ ਸੋਚਦਾ, ਉਹਨੂੰ ਕੀ ਆਪਣੇ ਆਪ ਤੇ ਕਾਬੂ ਹੈ ਜਾਂ ਨਹੀਂ, ਕੀ ਮਾਕਿ ਉਹ ਸਮਾਜਿਕ ਫੰਕਸ਼ਨਾਂ ਦੇ ਉੱਤੇ ਠੀਕ ਵਿਵਹਾਰ ਕਰਦਾ ਕਿ ਨਹੀਂ, ਸਭ ਕੁਝ ਦੇਖਣਾ ਚਾਹੀਦਾ, ਕਿਉਂ ਨਹੀਂ ਦੇਖਣਾ ਚਾਹੀਦਾ? ਕੁਝ ਬੰਦਿਆਂ ਦੇ ਉੱਤੇ ਬਲਾਤਕਾਰ ਦੇ ਦੋਸ਼ ਲੱਗੇ ਤੇ ਬਾਅਦ ਦੇ ਵਿੱਚ ਉਹ ਥੱਪੜ ਮਾਰਦੇ ਨੇ ਔਰਤਾਂ ਦੇ, ਟੀਚਰਾਂ ਦੇ ਮਾਰਦੇ ਆ, ਚੁੰਨੀਆਂ ਉਤਾਰਦੇ ਆ, ਬਲਾਤਕਾਰ ਦੇ ਦੋਸ਼ ਲੱਗੇ, ਉਹ ਬੰਦੇ ਇਲੈਕਸ਼ਨਾਂ ਲੜਨ ਵਾਲੇ ਆ ਸਭ, ਉਹ ਬੰਦੇ ਪ੍ਰਚਾਰ ਸਟਾਰਕ ਬਣੇ ਹੋਏ। ਇੱਕ ਸੌਖਾ ਮੁੱਦਾ ਇਹ ਲੱਭ ਲਿਆ ਕਿ ਪਿਛਲੇ ਦਿਨਾਂ 'ਚ ਅਪਰਾਧਕ ਬਹੁਤ ਚਰਚਾ ਹੋਈ ਕਿ ਗੁੰਡੇ ਉਮੀਦਵਾਰ ਆ ਜਾਂਦੇ ਆ, ਹੁਣ ਇਹਨਾਂ ਨੇ ਕਰ ਲਿਆ ਕਿ ਇਹਦੇ ਨਾਲੋਂ ਬਿਹਤਰ ਆਪਾਂ ਨੂੰ ਸ਼ੋਹਰਤ ਚਾਹੀਦੀ ਹੈ। ਹੁਣ 2-4 ਇਲੈਕਸ਼ਨਾਂ ਆਪਾਂ ਪਲੇਅਰਾਂ ਨਾਲ, ਗਾਉਣ ਵਾਲਿਆਂ ਨਾਲ, ਜਾਂ ਇਸ ਕਿਸਮ ਦੇ ਜਿਹੜੇ ਐਕਟਰ ਹੈ ਉਹਨਾਂ ਨਾਲ ਲੜਕੇ ਦੇਖ ਲਈਏ। ਹੁਣ ਮਤਲਬ ਉਹ ਕੀ ਕਰਦੇ, ਆਪਣੇ ਘੋੜੇ ਬਦਲ ਲੈਂਦੇ ਆ ਜੀ। ਨਹੀਂ ਇਹ ਜਿਹੜਾ ਕੁਛ ਹੈ, ਜਦੋਂ ਆਪਾਂ ਇਹਦੇ ਸਾਰੇ ਦੇ ਵਿੱਚ ਅਖੀਰ 'ਚ ਜਾਂਦੇ ਜਾਂਦੇ ਦੋ ਆਪਣੇ ਕੋਲ ਕੁਐਸਚਨ ਨੇ ਜਿਹਨਾਂ ਦੀ ਗੱਲ ਕਰਨੀ ਹੈ ਜੀ। ਪਹਿਲੀ ਤਾਂ ਕਿ ਇਹ ਸਾਰੇ ਦੇ ਵਿੱਚ ਮੀਡੀਆ ਵੀ ਜ਼ਿੰਮੇਵਾਰ ਹੈ ਕਿਤੇ? ਬਿਲਕੁਲ ਮੀਡੀਆ ਜ਼ਿੰਮੇਵਾਰ ਹੈ ਵਾਲੀਆ ਸਾਹਿਬ, ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਸ ਤਰੀਕੇ ਨਾਲ ਪਿਛਲੇ ਦਿਨਾਂ 'ਚ ਸਾਡੇ ਪ੍ਰਧਾਨ ਮੰਤਰੀ ਆਪਣੇ ਕਾਗਜ਼ ਭਰਨ ਗਏ, ਉਸ ਨੂੰ ਇਸ ਤਰੀਕੇ ਨਾਲ ਦਿਖਾਇਆ ਗਿਆ ਜਿਵੇਂ 15 ਅਗਸਤ ਜਾਂ 26 ਜਨਵਰੀ ਦਿਖਾਈ ਜਾਂਦੀ ਹੈ। ਸਾਰੇ ਮੀਡੀਆ ਦੇ ਸਾਰੇ ਚੈਨਲ ਬਾਕੀ ਸਾਰੇ ਪ੍ਰੋਗਰਾਮ ਰੋਕ ਕੇ ਉਸ 'ਤੇ ਫੋਕਸ ਕਰ ਦਿੰਦੇ ਆ, ਉਸ ਨੂੰ ਇੱਕ ਨੈਸ਼ਨਲ ਈਵੈਂਟ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ। ਹੁਣ ਇਸੇ ਤਰੀਕੇ ਨਾਲ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਇੱਕ ਵਿਅਕਤੀ ਨੂੰ ਇੰਨਾ ਪ੍ਰੋਜੈਕਟ ਕੀਤਾ ਜਾ ਰਿਹਾ, ਜਾਂ ਤਾਂ ਸਾਡਾ ਸਿਸਟਮ ਹੀ ਬਦਲ ਜੇ, ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਇਲੈਕਸ਼ਨ ਹੋ ਜੇ, ਜਿਹਨੂੰ ਮਰਜ਼ੀ ਪੁੱਛੋ ਜੇ ਸਟੇਟ ਦੇ ਮੁੱਦੇ ਦੀ ਗੱਲ ਕਰਦਾ, ਕਿਸੇ ਹੋਰ ਮੁੱਦੇ ਦੀ ਗੱਲ ਕਰਦਾ, ਨਹੀਂ ਅਸੀਂ ਸਟਰੋਂਗ ਵਿਅਕਤੀ ਨੂੰ ਭਾਈ ਪ੍ਰਧਾਨ ਮੰਤਰੀ ਬਣਾਉਣਾ। ਉਹ ਭਾਈ ਭਲਿਓ ਮਾਨਸੋ ਜਿਹੜੇ 550 ਤੁਹਾਡੇ ਇੱਥੋਂ MP ਜਾਂਦੇ ਆ, ਹਰ ਇੱਕ ਦੀ ਆਪਣੀ ਕੰਸਟੀਚੁਐਂਸੀ ਹੈ, ਲੋਕਲ ਮੁੱਦੇ ਹੈ, ਪ੍ਰਧਾਨ ਮੰਤਰੀ ਜਿਹੜਾ ਵੀ ਬਣੂਗਾ ਸਾਰੀਆਂ ਕੰਸਟੀਚੁਐਂਸੀ ਤਾਂ ਨਹੀਂ ਜਾਣਦਾ, ਲੋਕਲ ਮੁੱਦਿਆਂ ਨੂੰ ਤਾਂ ਸਾਡੇ ਇੱਥੋਂ ਦੇ ਵਿਅਕਤੀਆਂ ਨੇ ਉੱਥੇ ਜਾ ਕੇ ਉਠਾਉਣਾ। ਜੇ ਉਹਨਾਂ ਦੇ ਮੂੰਹ 'ਚ ਜ਼ੁਬਾਨ ਹੀ ਨਹੀਂ, ਉਹ ਮੁੱਦੇ ਤੁਹਾਡੇ ਲੈ ਕੇ ਕਿਵੇਂ ਜਾਣਗੇ, ਕੀ ਕਰਨਗੇ ਉਹ ਉੱਥੇ ਜਾ ਕੇ? ਜੀ ਜੀ, ਦੂਜਾ ਸਵਾਲ ਤੁਹਾਨੂੰ ਇਹਦੇ 'ਚ ਇਹ, ਇੱਕ ਤਾਂ ਮੀਡੀਆ, ਦੂਜਾ ਇਹ ਹੈ ਕਿ ਰਸਤਾ ਕੋਈ ਨਜ਼ਰ ਆਊਗਾ ਅਖੀਰ 'ਚ ਜੇ ਆਪਾਂ ਗੱਲ ਕਰਨੀ ਹੋ? ਸਭ ਤੋਂ ਵੱਡੀ ਗੱਲ ਇਹ ਕਿ ਮੀਡੀਆ ਦਾ ਜੋ ਕੁਝ ਕਰੀ ਜਾਂਦਾ ਉਹ ਸਾਹਮਣੇ ਹੀ ਆ। ਸਭ ਤੋਂ ਵੱਡੀ ਗੱਲ ਇਹ ਕਿ ਜਿੰਨਾ ਚਿਰ ਲੋਕ ਚੇਤਨਾ ਉੱਪਰ ਨਹੀਂ ਉੱਠਦੀ, ਲੋਕ ਚੇਤਨਾ ਨੂੰ ਉੱਪਰ ਉਠਾਉਣ ਦੇ ਲਈ ਸਮਾਜਿਕ ਜਥੇਬੰਦੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ। ਸਿਰਫ ਇਹ ਹੀ ਨਹੀਂ ਕਰੀ ਜਾਣਾ ਚਾਹੀਦਾ ਕਿ ਵੋਟ ਪਾਉਣੀ ਚਾਹੀਦੀ ਹੈ, ਵੋਟ ਪਾਉਣੀ ਚਾਹੀਦੀ, ਅਸੀਂ ਅੰਬੈਸਡਰ ਬਣਾ ਤੇ, ਵੋਟ ਕਿਵੇਂ ਪਾਉਣੀ ਚਾਹੀਦੀ ਹੈ, ਕਿਹੜੇ ਮਾਪਦੰਡਾਂ 'ਤੇ ਪਾਉਣੀ ਚਾਹੀਦੀ ਹੈ। ਅਤੇ ਪੁਰਾਣੇ ਜਿਹੜੇ ਹੈਗੇ ਆ ਪਾਰਟੀਆਂ ਨੇ ਤਾਂ ਇੱਕ ਦੂਜੇ ਨੂੰ ਨਿੰਦਣਾ ਹੁੰਦਾ, ਮੈਨੂੰ ਲੱਗਦਾ ਕਿ ਕੁਝ ਅਜਿਹੀਆਂ ਆਜ਼ਾਦ ਸਮਾਜਿਕ ਜਥੇਬੰਦੀਆਂ ਵੀ ਬਣਨੀਆਂ ਚਾਹੀਦੀਆਂ ਜਿਹੜੇ ਸਾਰੇ ਜਿਹੜੇ ਹੈਗੇ ਉਮੀਦਵਾਰ ਚੋਣਾਂ ਲੜ ਰਹੇ ਉਹਨਾਂ ਦੇ ਪਰਿਵਾਰਕ ਪਿਛੋਕੜ, ਉਹਨਾਂ ਦੀਆਂ ਜਾਇਦਾਦਾਂ ਦਾ ਕੰਪੈਰੇਟਿਵ ਸਟੱਡੀ ਕਰਕੇ ਲੋਕਾਂ ਸਾਹਮਣੇ ਪੇਸ਼ ਕਰੇ, ਉਹਨਾਂ ਦਾ ਕੈਂਡੀਡੇਚਰ ਆਡਿਟ ਹੋਵੇ, ਉਹਨਾਂ ਦਾ ਹਾਂ ਪਬਲਿਕ ਦੇ ਵਿੱਚ ਪਬਲਿਕ ਆਡਿਟ ਹੋਵੇ ਕੈਂਡੀਡੇਚਰ ਦੀ, ਕੀ ਕੀਤਾ ਉਹਨਾਂ ਨੇ ਹੁਣ। ਇਹਦੇ ਨਾਲ ਲੋਕਾਂ ਦੀ ਜੇ ਚੇਤਨਾ ਵਧੂਗੀ ਤੇ ਉਹ ਸਹੀ ਬੰਦਿਆਂ ਨੂੰ ਚੁਣਨਗੇ। ਅੱਜ ਦੀ ਸਥਿਤੀ ਦੇ ਵਿੱਚ ਇਦੋਂ ਵੱਧ ਕਹਿਣ ਲਈ ਸਾਡੇ ਕੋਲ ਕੁਛ ਨਹੀਂ ਕਿ ਕਿਸੇ ਪਾਰਟੀ ਦੀ ਨਹੀਂ, ਕਿ ਜਿਹੜਾ ਵੀ ਉਮੀਦਵਾਰ ਮੁਕਾਬਲਤਨ ਵਧੇਰੇ ਠੀਕ ਲੱਗਦਾ, ਬੋਲਣ ਵਾਲਾ ਲੱਗਦਾ, ਆਪਦੀ ਪਾਰਟੀ ਦੀ ਜਿਹੜੀ ਮਰਜ਼ੀ ਵਿਚਾਰਧਾਰਾ ਕਮ ਸੇ ਕਮ ਉਹਨੂੰ ਪੁੱਟ ਤਾਂ ਕਰ ਸਕਦਾ, ਉਹਦੇ ਨਾਲ ਖੜਾ, ਜੇ ਤੁਸੀਂ ਉਸ ਵਿਚਾਰਧਾਰਾ ਨਾਲ ਸਹਿਮਤ ਆ ਤਾਂ ਵੋਟ ਪਾਓ, ਸਿਰਫ ਵਿਅਕਤੀ ਮਗਰ ਜਾ ਕੇ ਵੋਟ ਨਾ ਪਾਓ ਜੀ।
देखो जो साढ़े अज के माहर विद्वान सलाह दे रहे हैं ये तो अलावा मैं ये गल कहना कि जिमें अखीर च बराड़ साहब ने कहा ना कि लोग उठन तो मैं कहना कि देखो साढ़े 12,728 पिंड ने 13,000 पंचायतों ने साढ़े सरकारी तौर पर तो जे एक पिंड दे विच चार पांच बंदे भी जड़े ने ना वो पढ़े लिखे कट्ठे हो जान तो वह पिंड दे सिर्फ अपने सारे दुनिया के कंडे नहीं चुगे जा सकते अपने पैरों च जुत्ती पाई जा सकती है अपने पिंड दा जे लै लैन एक अपना एजेंडा सैट करन अपनी गल करन कि साडियां की डिमांड्स ने असी की चाहते हैं अपने कैंडीडेट तो ते जिहड़ा उन्हूं 5 करोड़ साल का मिलना वह साढ़े लिए कितने कितने उन्हें ला सकता किन्ना ला सकता ये जिहड़े उन्हां तों उहदा टारगेट फिक्स करन कि असी तैनूं वोट पावांगे लेकिन साढ़े पिंड की डिमांड है जिहड़ा बंदा भी आउंदा वो तो हलफला मैं लैन जिहड़ी मर्जी पार्टी का होवे एक तो ये कि लोग एजेंडा सैट करन वाले पासे जाण तां इह गल बनूगी तो जिहे जिहे मर्जी फिर कैंडीडेट जिहड़ा तुसीं कह रहे हो ना कि असी बदल नहीं साढ़े कोल बदल तो फिर अपने आप ही उन्हां कोल होएगा जदों तुसीं कहोगे कि जे तूं एक पिंड ने किया हुण एक पिंड ने यह फैसले कर लिया भी थोड़े च किसी नूं नहीं असी आउण देना तो इस तरीके नाल एक तो साढ़े ये मूवमेंट जी चलनी चाहिए लोगों नूं खड़े होकर जिहड़े निरपक्ष लोग ने उन्हां नूं एजेंडा सैट करन दी लोड़ है तो एजेंडा सैट करो तो उस तों बाद देखो कि आने वाले टाइम दे विच तुसीं देखोगे कि जो लोग होर अवेयर होणगे तो शायद फिर इह पार्टियां दे कैंडीडेट भी बैठ के सलाह करनगे कि असीं इलैक्शन च किवें लोगों कोल जावांगे ये सारा कुछ उदों ही होएगा जे तुसीं सारे अवेयर होवोगे आस करदे हां कि ये जिहड़ा साडा लोकतंत्र है इस तरीके नाल इहदियां जड़ां मजबूत होणगियां चंगे बंदे अगे आउणगे चंगे बंदियां नूं चुनना साडी जिम्मेवारी है जदों कोई माड़ा बंदा अगे आउंदा उहदे लई भी जिम्मेवारी सानूं अपने सिर लैनी चाहीदी है तो ये क्यों चंगे बंदे मैं तो बहुत बार जदों मैं यूनिवर्सिटी सी तो मैं अक्सर कहता साढ़े नौजवान पढ़े लिखे नौजवानों नूं पॉलिटिक्स अगे आना चाहिए ये वक्री गल है कि नहीं आन देंगे जोड़े जोड़े रवायती पार्टिया के लीडर ने आपके बच्चों तो अगर आने तैयार कर रहे हैं लेकिन आम बंदा जोड़ा है सियासी तौर पर बहुत पिछड़ा होया और सानू जागरूक होने की लड़ है। डॉक्टर जिंदरपाल बराड़ जी सतनाम सिंह संधु साहब तुसी साढ़े इस प्रोग्राम के आए और बहुत अहम नुकत्या गल्लां कीतियां थोड़ा बहुत बहुत धन्यवाद तुहाडा भी वालिया साहब धन्यवाद प्यारे दर्शकों तुहाडा बहुत बहुत धन्यवाद खास तौर पर उन्होंने दर्शकों का बहुत धन्यवाद जिहड़े फोन कॉल राही सानू फीडबैक देंदे ने शुक्रिया। सब्सक्राइब करें चढ़दी कला टाइम टीवी को और लेटेस्ट अपडेट पाने के लिए प्रेस करें बेल आइकन को।